What's your name? My name is Satnam Singh. Satnam Singh. ये आ गया बीच से थल्ले मंदिर प्लस गुरुद्वारा दोनों इकट्ठे बने हुए पर भाई मैं बिल्कुल एक्सपेक्ट नहीं किया था कि गुरुद्वारा साहब इतने हो सकता है गुरु महाराज का प्रकाश अभी इतने ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਸਾਨੂੰ ਇੰਡੀਅਨ ਬਾਈ ਮਿਲ ਗਏ ਸੀਗੇ ਤੇ ਉਹ ਇੱਥੇ ਉਹਨਾਂ ਦੀ ਕੰਪਨੀ ਆ ਉਹ ਆਪਦੀ ਕੰਪਨੀ ਦੇ ਥਰੂ ਜੋਬ ਕਰ ਰਹੇ ਹਨ ਇੰਡੀਅਨ ਕੰਪਨੀ ਆ ਉਹਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਾਂਦਾ ਇੱਥੇ ਲੋਕਾਂ ਦਾ ਬਹੁਤ ਵੱਡਾ ਬਿਜ਼ਨਸ ਹੁੰਦਾ ਕਿਉਂਕਿ ਦੇਖੋ ਜਿਹੜੇ ਜ਼ਿਆਦਾ ਵੱਡੇ ਬਿਜ਼ਨਸਮੈਨ ਆ ਨਾ ਉਹ ਇਹਨਾਂ ਕੰਟਰੀਆਂ ਦੇ ਵਿੱਚ ਹੀ ਮੌਜੂਦ ਆ ਬਾਈ ਉਹਨਾਂ ਨੇ ਉੱਥੇ ਦੱਸਿਆ ਕਿ ਜਿਹੜੇ ਗੁਰਦੁਆਰਾ ਸਾਹਿਬ ਤੁਸੀਂ ਕਿਸੇ ਵੀਡੀਓ ਦੇ ਵਿੱਚ ਦੇਖਿਆ ਹੋਣਾ ਉਹ ਗੁਰਦੁਆਰਾ ਸਾਹਿਬ ਪੁਰਾਣਾ ਸੀਗਾ ਤੇ ਉੱਥੇ ਤਾਂ ਹੀ ਮੈਂ ਦੇਖਿਆ ਵੀ ਉੱਥੇ ਕੋਈ ਵੀ ਨਹੀਂ ਸੀਗਾ ਉੱਥੇ ਆਪਾਂ ਜਾ ਰਹੇ ਸੀ ਉਸ ਤੋਂ ਇਲਾਵਾ ਇੱਥੇ ਇੱਕ ਵਿਕਟੋਰੀਆ ਆਈਲੈਂਡ ਆ VI ਕਹਿੰਦੇ ਆ ਉੱਥੇ ਨਵਾਂ ਗੁਰਦੁਆਰਾ ਸਾਹਿਬ ਖੁੱਲਿਆ ਔਰ ਕਹਿੰਦੇ ਉਹ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਉੱਥੇ ਅੰਮ੍ਰਿਤਸਰ ਸਾਹਿਬ ਤੋਂ ਹਜੂਰੀ ਰਾਗੀ ਵਗੈਰਾ ਹੋਰ ਵੀ ਆਏ ਹੋਏ ਆ ਗੁਰਦਾਸ ਮਾਨ ਪਹਿਲੀ ਵਾਰ ਅਫਰੀਕਾ ਦੇ ਵਿੱਚ ਆਏ ਸੀ ਤੇ ਉੱਥੇ ਨਾਈਜੀਰੀਆ ਸੀ ਮਤਲਬ ਸੋਚਣ ਵਾਲੀ ਗੱਲ ਨਹੀਂ ਤਾਂ ਅਫਰੀਕਾ ਦੇ ਵਿੱਚ ਤਨਜ਼ਾਨੀਆ ਗੀਨੀਆ ਵਗੈਰਾ ਆਪਣੇ ਬਹੁਤ ਸਾਰੇ ਬੰਦੇ ਰਹਿੰਦੇ ਆ ਤਾਂ ਅੱਜ ਆਪਾਂ ਉੱਥੇ ਚੱਲਾਂਗੇ ਉਹ ਵੀ ਆ ਗਈ ਸਾਡੀ ਟੈਕਸੀ ਹਾਊ ਆਰ ਯੂ ਐਲੂ ਭੇਜੋ ਐਲੂ ਭੇਜੋ ਜਾ ਰਹੇ ਹਾਂ ਐਲੂ ਭੇਜੋ ਵਾਟਸ ਯੂਰ ਨੇਮ ਬ੍ਰੋ ਇਡਰੀਸ ਹਾਂ ਯੇ ਯਾ ਇਡਰੀਸ ਜਸਟ ਕਮ ਇਡਰੀਸ ਹਾਂ ਐਡਰੈਸ ਇਡਰੀਸ ਇਡਰੀਸ ਓ ਨਾਈਸ ਇਸ ਕਾਰ ਹੋਂਡਾ ਅਕੋਰਡ ਨੋ ਹੋਂਡਾ ਸਿਵਿਕ ਹੋਂਡਾ ਸਿਵਿਕ ਓ ਗ੍ਰੇਟ ਥੋੜਾ ਜਿਹਾ ਅਸੀਂ ਕੰਫੀਡੈਂਸ ਦੇ ਵਿੱਚ ਆ ਗਏ ਹਾਂ ਕਿਉਂਕਿ ਥੋੜਾ ਜਿਹਾ ਆਪਣੇ ਲੋਕ ਮਿਲ ਜਾਣ ਜਦੋਂ ਤਾਂ ਥੋੜਾ ਜਿਹਾ ਕੰਫੀਡੈਂਸ ਬਣੇ ਤਾਂ ਵੱਧ ਜਾਂਦਾ ਕਿ ਹਾਂ ਯਾਰ ਇਹ ਵੀ ਰਹਿ ਰਿਹਾ ਤਾਂ ਅਸੀਂ ਵੀ ਰਹਿ ਲਵਾਂਗੇ ਬੰਦੇ ਹੀ ਰਹਿੰਦੇ ਆ ਪਰ ਬਈ ਇੰਨਾ ਹਲਕੇ 'ਚ ਨਾ ਲਿਓ ਬੰਦਾ ਧੋਖਾ ਹਮੇਸ਼ਾ ਉਦੋਂ ਹੀ ਖਾਂਦਾ ਜਦੋਂ ਬਹੁਤ ਜ਼ਿਆਦਾ ਚੀਜ਼ਾਂ ਨੂੰ ਹਲਕੇ ਦੇ ਵਿੱਚ ਲੈ ਜਾਂਦਾ ਹੁਣ ਆਪਾਂ ਜਾਣ ਲੱਗੇ ਵਿਕਟੋਰੀਆ ਆਈਲੈਂਡ ਵਾਲੇ ਪਾਸੇ 502 ਪਤਾ ਨਹੀਂ ਕੁਛ ਹੈ ਇਹ ਹੀ ਹੋਗੀ ਸ਼ਾਇਦ ਵਿਕਟੋਰੀਆ ਆਈਲੈਂਡ ਦੇ ਉੱਤੇ ਇੱਕ ਲੈਂਡਮਾਰਕ ਬੀਚ ਆ ਜਿਹੜਾ ਕਿ ਇੱਥੋਂ ਦਾ ਸਭ ਤੋਂ ਫੇਮਸ ਬੀਚ ਆ ਹੋਰ ਵੀ ਤਾਂ ਗੁੱਡ ਬੀਚ ਵਗੈਰਾ ਹੈਗੇ ਆ ਉਹ ਵੀ ਦੇਖਾਂਗੇ ਇੱਦਾਂ ਇੱਕ ਦਾਨਗੋਟੇ ਨਾਂ ਦਾ ਬੰਦਾ ਆ ਉਹਦਾ ਦਾਨਗੋਟੇ ਗਰੁੱਪ ਆ ਉਹ ਬੰਦਾ ਅਫਰੀਕਾ ਦਾ ਸਭ ਤੋਂ ਅਮੀਰ ਬੰਦਾ ਆ ਉਹ ਵੀ ਉਸ ਆਈਲੈਂਡ ਤੇ ਰਹਿੰਦਾ ਔਰ ਨਾਈਜੀਰੀਆ ਦਾ ਬੰਦਾ ਨਾਈਜੀਰੀਆ ਦਾ ਬੰਦਾ ਦੁਨੀਆ ਅਫਰੀਕਾ ਦਾ ਸਭ ਤੋਂ ਅਮੀਰ ਬੰਦਾ ਹੈ ਲੇਕੀ ਏਰੀਆ ਦੇ ਵਿੱਚ ਲੇਕੀ ਜਿਹੜਾ ਏਰੀਆ ਉਹ ਨਾਈਜੀਰੀਆ ਦਾ ਤੁਸੀਂ ਕਹਿ ਸਕਦੇ ਸਭ ਤੋਂ ਬੈਸਟ ਏਰੀਆ ਇਹ ਅਫਰੀਕਾ ਦੀ ਸਭ ਤੋਂ ਮੋਸਟ ਪਾਪੂਲੇਟਡ ਸਿਟੀ ਆ ਦੁਨੀਆ ਦੀ ਸਭ ਤੋਂ ਜ਼ਿਆਦਾ ਇੰਗਲਿਸ਼ ਬੋਲੇ ਜਾਣ ਵਾਲੀ ਵੀ ਸਿਟੀ ਆ ਔਰ ਇਸ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਲੋਕ ਰਹਿੰਦੇ ਆ ਇੱਧਰ ਬਾਈ ਦੱਸੇ ਬਾਈ ਕਹਿੰਦਾ ਤੁਹਾਡਾ ਰੂਟ ਕੁਛ ਅਲੱਗ ਬਣਦਾ ਸੀਗਾ ਜੋ ਅਸੀਂ ਮੈਪ 'ਤੇ ਪਾਇਆ ਪਰ ਇਹ ਕਹਿੰਦਾ ਕਿ ਮੈਂ ਤੁਹਾਨੂੰ ਜਾਣ ਕੇ ਲੈ ਕੇ ਆਇਆ ਕਿ ਮੈਂ ਤੁਹਾਨੂੰ ਇਹ ਏਰੀਆ ਦਿਖਾ ਸਕਾਂ ਮਤਲਬ ਕਿ ਇੱਕ ਅਲੱਗ ਸਿਟੀ 'ਚ ਆ ਗਏ ਇੱਦਾਂ ਲੱਗ ਰਿਹਾ ਅਲੱਗ ਕੰਟਰੀ 'ਚ ਆ ਗਏ ਇੱਦਾਂ ਲੱਗ ਰਿਹਾ ਕਿ ਉਹ ਕੰਟਰੀ ਅਤੇ ਇਹ ਕੰਟਰੀ ਸੇਮ ਆ ਟੋਟਲੀ ਡਿਫਰੈਂਟ ਲੱਗ ਰਹੀ ਆ ਬਾਈ ਬਾਕੀ ਤੁਹਾਨੂੰ ਉੱਤਰ ਕੇ ਚੀਜ਼ਾਂ ਜ਼ਿਆਦਾ ਵਧੀਆ ਦਿਖਾ ਪਾਊਂਗਾ ਗੱਡੀ ਦੇ ਵਿੱਚ ਹੋਣੀਆਂ ਨਹੀਂ ਦਿਖਾ ਪਾਊਂਗਾ ਆ ਗਏ ਹਾਂ ਆਪਾਂ ਲੈਂਡਮਾਰਕ ਬੀਚ ਇੱਥੇ ਸ਼ਾਇਦ ਇੱਕ ਟਿਕਟ ਲੈਣੀ ਪਊਗੀ ਬੀਚ ਦੇ ਅੰਦਰ ਜਾਣ ਲਈ ਫਿਰ ਗੁੱਡ ਬੀਚ ਹੈ ਜਿਹੜਾ ਉਹ ਵੀ ਅੱਗੇ ਆ ਕਾਫੀ ਮਤਲਬ ਉਹਨੇ ਸਾਨੂੰ ਦੱਸ ਕੇ ਗਿਆ ਕਿ ਹਾਂ ਬਈ ਆਹ ਏਰੀਆ ਇੱਦਾਂ ਦਾ ਤੁਸੀਂ ਇੱਥੇ ਘੁੰਮ ਸਕਦੇ ਹੋ ਆਹ ਏਰੀਆ ਅੱਗੇ ਗੁੱਡ ਬੀਚ ਵਗੈਰਾ ਹੈਗਾ ਸੋ ਠੀਕ ਬੰਦਾ ਸੀਗਾ ਉਹਨੇ ਕਾਫੀ ਸਾਨੂੰ ਨੌਲੇਜ ਦਿੱਤੀ ਇਸ ਏਰੀਆ ਦੇ ਬਾਰੇ ਇੱਥੋਂ ਦੇ ਲੋਕਾਂ ਦੇ ਬਾਰੇ ਪਰ ਉਹ ਬੰਦਾ ਥੋੜਾ ਜਿਹਾ ਨਾ ਜਿਵੇਂ ਹੁੰਦੇ ਨਹੀਂ ਕਿ ਓਵਰ ਦੇਸ਼ ਭਗਤ ਬੰਦੇ ਕਿ ਉਹ ਆਪਦੇ ਨਾ ਇਸ ਬਾਰੇ ਕੁਛ ਬੁਰੀ ਚੀਜ਼ ਦੱਸਣਾ ਨਹੀਂ ਚਾਹੁੰਦਾ ਸੀ ਜਦੋਂ ਅਸੀਂ ਉਹ ਕਿਹਾ ਨਾ ਮੋਗਾਖੋ ਵਾਲੀ ਜਿਹੜੀ ਗੱਲ ਅਸੀਂ ਕੱਲ੍ਹ ਉੱਥੇ ਗਏ ਸੀਗੇ ਸਲਮ ਦੇ ਵਿੱਚ ਕਹਿੰਦਾ ਬਈ ਉੱਥੇ ਨਾ ਜਾਇਓ
ਕਹਿੰਦਾ ਉੱਥੇ ਨਾ ਬਹੁਤ ਸਾਰੀਆਂ ਗੈਂਗਸ ਰਹਿੰਦੀਆਂ, ਅਸੀਂ ਤਾਂ ਕੱਲ੍ਹ ਹੋ ਕੇ ਆ ਗਏ ਇੱਦਾਂ ਉੱਦਾਂ ਹੈ ਨਾ, ਪਰ ਜਿਹੜਾ ਕੱਲ੍ਹ ਬੰਦਾ ਲੈ ਗਿਆ ਸੀ ਉਹ ਕਹਿੰਦਾ ਬਈ ਇਹ ਸੇਫ ਹੀ ਇਹ ਆ, ਹੁਣ ਪਤਾ ਨਹੀਂ ਯਾਰ ਕੌਣ ਸੱਚ ਬੋਲ ਰਿਹਾ ਸੀ ਕੌਣ ਝੂਠ, ਪਰ ਮੈਨੂੰ ਇੱਦਾਂ ਲੱਗਿਆ ਕਿ ਉਹ ਬੰਦਾ ਬੁਰਾਈ ਨਹੀਂ ਸੁਣਨਾ ਚਾਹੁੰਦਾ ਆਪਦੇ ਬਾਰੇ, ਜਾਂ ਮਤਲਬ ਕੋਈ ਨੈਗੇਟਿਵ ਚੀਜ਼ ਨਹੀਂ ਦਿਖਾਉਣਾ ਚਾਹੁੰਦਾ, ਹਰੇਕ ਚੀਜ਼ ਪੋਜ਼ੀਟਿਵ ਹੀ ਦਿਖਾਉਣਾ ਚਾਹੁੰਦਾ ਆਪਦੀ ਕੰਟਰੀ ਬਾਰੇ। ਸੋ ਇੱਥੋਂ ਸ਼ਾਇਦ ਟਿਕਟ ਲੈਣੀ ਪਊਗੀ, ਔਨਲਾਈਨ ਚੈੱਕ ਇਨ, ਪਲੇਨ ਦਾ ਚੈੱਕ ਇਨ ਕਰਨਾ ਸਮਝ ਨਹੀਂ ਆ ਰਹੀ, ਮਤਲਬ ਇਹ ਬੰਦ ਪਿਆ ਸਾਰੇ ਗਰੁੱਪ ਚੈੱਕ ਇਨ, ਔਨਲਾਈਨ ਚੈੱਕ ਇਨ, ਚੈੱਕ ਇਨ, ਔਨਲਾਈਨ ਚੈੱਕ ਇਨ, ਆਹ ਇੱਕ ਵਿੰਡੋ ਖੁੱਲੀ ਹੋਈ ਆ, ਔਰ ਇੱਥੇ ਲੱਗੂਗੀ ਇੱਦਾਂ ਲੰਬੀ ਲਾਈਨ, ਨਹੀਂ ਯਾਰ ਲਾਈਨ ਨਹੀਂ ਲੱਗੀ ਹੋਈ, ਇੱਦਾਂ ਹੀ ਖੜੇ ਹੋਏ ਆ। ਔਨਲਾਈਨ ਚੈੱਕ ਇਨ ਮਤਲਬ ਔਨਲਾਈਨ ਜਾਂ ਤਾਂ ਬੁੱਕ ਕਰਕੇ ਆਉਣੀ ਪੈਂਦੀ ਹੋਊਗੀ, ਚਲੋ ਇੱਕ ਵਾਰ ਜਾ ਕੇ ਪਤਾ ਕਰਦੇ ਹਾਂ ਕੀ ਕਹਿੰਦੇ। ਸਿਸਟਮ ਇੱਦਾਂ ਕਿ ਇਹ ਇੱਥੋਂ ਇੱਕ ਔਨਲਾਈਨ ਜਿਵੇਂ ਇਹਨੇ ਸਾਰਾ ਦੱਸਿਆ ਹੋਇਆ ਕਿ ਆਹ ਵੈਬਸਾਈਟ ਆ, ਇੱਥੇ 'ਤੇ ਜਾ ਕੇ ਫਿਰ ਤੁਸੀਂ ਇੱਕ ਫੋਰਮ ਇਨਫੋਰਮੇਸ਼ਨ ਭਰਨੀ ਆ, ਪੇਮੈਂਟ ਕਰ ਦੇਣੀ ਆ, ਵੁੱਡ ਯੂ ਰਿਸੀਵ ਕਨਫਰਮੇਸ਼ਨ ਈਮੇਲ 'ਤੇ ਆਜੂਗੀ, ਔਨ ਅਰਾਈਵਲ ਟੂ ਦਾ ਬੀਚ ਵੈਰੀਫਾਈ ਯੂਅਰ ਕਿਊ ਆਰ ਕੋਡ ਟਰੈਕਿੰਗ, ਇੱਥੇ ਕਿਊ ਆਰ ਕੋਡ ਜਿਹੜਾ ਆਜੂਗਾ ਮੇਲ 'ਤੇ ਉਹ ਤੁਸੀਂ ਇੱਥੇ ਜਾ ਕੇ ਵੈਰੀਫਾਈ ਕਰਵਾ ਲੈਣਾ, ਅਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਟਿਕਟ ਜਾਂ ਕੁਛ ਦੇ ਦੇਣਗੇ, ਅਤੇ ਫਿਰ ਤੁਸੀਂ ਬੀਚ 'ਤੇ ਜਾ ਕੇ ਇੰਜੋਏ ਕਰ ਸਕਦੇ ਹੋ। ਇਹ ਮੈਂ ਪਹਿਲੀ ਵਾਰ ਦੇਖਿਆ ਯਾਰ ਇਹ ਸਿਸਟਮ, ਮਤਲਬ ਇੱਦਾਂ ਕਿਤੇ ਨਹੀਂ ਹੁੰਦਾ, ਕੈਸ਼ ਮਤਲਬ ਇੱਥੇ ਲੈਂਦੇ ਨਹੀਂ, ਦੇਖੋ ਇੰਨਾ ਅਮੀਰ ਏਰੀਆ ਆ ਗਿਆ, ਨਹੀਂ ਤਾਂ ਇਹਨਾਂ ਦੇ ਹਰ ਏਰੀਆ ਦੇ ਵਿੱਚ ਬਈ ਕੈਸ਼ ਚੱਲਦਾ, ਉੱਦਾਂ ਔਨਲਾਈਨ ਦੀ ਕੋਈ ਉਮੀਦ ਨਹੀਂ ਆ। ਪਰ ਇੱਥੇ ਦੇਖੋ ਜਿੱਦਾਂ ਹੀ ਥੋੜ੍ਹੇ ਅਮੀਰ ਏਰੀਆ ਦੇ ਵਿੱਚ ਆਏ, ਇੱਥੇ ਕੈਸ਼ ਹੀ ਨਹੀਂ ਆ ਬਈ, ਔਨਲਾਈਨ ਹੀ ਕਰਨੀ ਪਊਗੀ ਪੇਮੈਂਟ ਵਗੈਰਾ ਤੁਹਾਨੂੰ, ਅਤੇ ਫਿਰ ਉਸ ਕਾਊਂਟਰ 'ਤੇ ਜਾ ਕੇ ਆਪਦੀ ਟਿਕਟ ਕਲੈਕਟ ਕਰਨੀ ਪਊਗੀ ਜਿਹੜੀ ਮੇਲ 'ਤੇ ਆਇਆ ਕਿਊ ਆਰ ਕੋਡ ਦਿਖਾ ਕੇ। ਇਸ ਬੀਚ ਦੇ ਉੱਤੇ ਸ਼ਾਇਦ ਅਸੀਂ ਨਾ ਜਾ ਪਾਈਏ, ਲੈਂਡਮਾਰਕ ਬੀਚ ਦੇ ਉੱਤੇ ਇਹਦੀ ਟਿਕਟ ਹੈਗੀ ਆ 3500 ਨਾਇਰਾ, ਅਸੀਂ 3500-7000 ਨਾਇਰਾ ਦੇ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ ਹੈ। ਪਰ ਯਾਰ ਉਹ ਕਹਿ ਰਹੇ ਕਿ ਕੈਸ਼ ਹੋਣੀ ਨਹੀਂ ਹੈ, ਔਨਲਾਈਨ ਕਰਨੀ ਪਊਗੀ। ਔਨਲਾਈਨ ਦੇ ਵਿੱਚ ਪ੍ਰੋਬਲਮ ਇਹ ਆ ਵੀ ਇੱਥੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਔਨਲਾਈਨ ਦਾ ਰੇਟ ਚੱਲਦਾ ਕੁਛ ਅਲੱਗ ਅਤੇ ਦੂਜਾ ਰੇਟ ਕੁਛ ਅਲੱਗ ਚੱਲਦਾ। ਚਲੋ ਹੁਣ ਇੱਥੇ ਗੁੱਡ ਬੀਚ ਆ 700-800 ਮੀਟਰ 'ਤੇ, ਉੱਥੇ ਚੱਲਦੇ ਹਾਂ। ਪਰ ਦੇਖੋ ਅਸੀਂ ਕਿੰਨਾ ਫ੍ਰੀਲੀ ਘੁੰਮ ਰਹੇ ਹਾਂ ਬਈ ਇਸ ਏਰੀਆ ਦੇ ਵਿੱਚ, ਇੱਦਾਂ ਫੋਨ ਵਗੈਰਾ ਕੈਮਰਾ ਵਗੈਰਾ ਕੱਢ ਕੇ। ਦੇਖੋ ਹੁਣ ਨੂੰ ਕਾਂਡ ਇੱਥੇ ਵੀ ਹੋ ਸਕਦਾ, ਪਰ ਫਿਰ ਵੀ ਇਹ ਏਰੀਆ ਕਾਫੀ ਹੱਦ ਤੱਕ ਜਿਹੜਾ ਨਾ ਸੁਰੱਖਿਅਤ ਲੱਗ ਰਿਹਾ। ਬਾਈ ਵੇਚ ਰਿਹਾ ਪਿੱਛੇ ਮੂੰਗਫਲੀ, ਭੈੜੀ ਭੈੜੀ ਨਿਗਾਹ ਨਾਲ ਦੇਖ ਰਿਹਾ ਸੀ, ਐਂ ਲੱਗ ਰਿਹਾ ਸੀ ਕਿ ਮੂੰਗਫਲੀ ਵਾਲੇ ਦਾ ਵੀ ਪਾਰਟ ਟਾਈਮ ਕਾਰੋਬਾਰ ਆ ਅਪਹਰਣ ਕਰਨ ਦਾ। ਦੇਖੋ ਇਹ ਇੰਨਾ ਮੇਨ ਏਰੀਆ, ਇੱਥੇ ਵੀ ਰੋਡ ਥੋੜ੍ਹੀ ਟੁੱਟੀ ਫੁੱਟੀ ਹੈ, ਇਹਦਾ ਇੱਕ ਮੈਂ ਸੀਨ ਦੱਸਦਾ ਤੁਹਾਨੂੰ। ਕਿਸੇ ਬੰਦੇ ਨੇ ਸਾਨੂੰ ਦੱਸਿਆ ਕਹਿੰਦਾ ਵੀ ਮੇਨ ਏਰੀਆ ਦੇ ਵਿੱਚ ਨਾ ਏਰੀਆ ਵਧੀਆ ਹੋਊਗਾ, ਸੜਕਾਂ ਥੋੜ੍ਹੀਆਂ ਇੱਦਾਂ ਦੀਆਂ ਬਣਾਉਣਗੇ ਤਾਂ ਜੋ ਗੱਡੀ ਕੁਛ ਤੇਜ਼ ਨਾ ਭਜਾ ਸਕੇ, ਇਹਨਾਂ ਦੀ ਸਟ੍ਰੈਟਜੀ ਆ, ਪਤਾ ਨਹੀਂ ਇੱਦਾਂ ਕਿਉਂ। ਅਤੇ ਆਹ ਸ਼ਾਇਦ ਲੈਂਡਮਾਰਕ ਹੋਟਲ ਆ, ਔਰ ਇਹਦੇ ਸਾਹਮਣੇ ਹੀ ਲੈਂਡਮਾਰਕ ਬੀਚ ਆ, ਸ਼ਾਇਦ ਇਸ ਹੋਟਲ ਕਰਕੇ ਬੀਚ ਦਾ ਨਾਂ ਲੈਂਡਮਾਰਕ ਪਾਇਆ ਹੋਵੇ, ਕਿਉਂਕਿ ਕਾਫੀ ਮਹਿੰਗਾ ਹੋਟਲ ਲੱਗ ਰਿਹਾ ਯਾਰ, 5-star ਹੀ ਹੋਊਗਾ। 600-700 ਮੀਟਰ ਹੋਰ ਅੱਗੇ ਚੱਲਾਂ, ਦਾ ਗੁੱਡ ਬੀਚ ਆ ਉੱਥੇ, ਉਹ ਵੀ ਕਾਫੀ ਵਧੀਆ ਬੀਚ ਆ, ਸ਼ਾਇਦ ਉਹਦੀ ਵੀ ਐਂਟਰੀ ਹੋਊਗੀ, ਪਰ ਮੇ ਬੀ ਉਹ ਕੈਸ਼ ਹੋ ਜਾਵੇ। ਗਿਆ ਦਾ ਗੁੱਡ ਬੀਚ ਦਾ ਏਰੀਆ, ਅੰਦਰ ਤਾਂ ਬਈ ਖੰਡਰ ਟਾਈਪ ਦੀ ਬਿਲਡਿੰਗ ਹੀ ਲੱਗ ਰਹੀ ਆ। ਇਹ ਕੋਈ ਦਾ ਗੁੱਡ ਬੀਚ, ਓਕੇ ਥੈਂਕ ਯੂ ਬਈ। ਇਹਦੇ ਅੰਦਰ ਚੱਲਦੇ ਹਾਂ, ਅੰਦਰ ਤਾਂ ਵੈਸੇ ਐਂ ਲੱਗ ਰਿਹਾ ਵੀ ਜਿਵੇਂ ਉਹ ਫਿਲਮਾਂ ਦੇ ਵਿੱਚ ਨਹੀਂ ਅਪਹਰਣ ਕਰਕੇ ਇੱਥੇ ਹੀ ਰੱਖਦੇ ਹੁੰਦੇ, ਇੱਦਾਂ ਦੀ ਲੱਗ ਰਹੀ ਹੈ। ਲੈਣੂ ਕੋਈ ਮਜ਼ਾਕ ਚ ਨਾ ਲਿਓ, ਸੱਚੀ ਗੱਲ ਆ ਇਹ ਕਿ ਇੱਥੇ ਬਈ ਵੋਟਾਂ ਵੋਟਾਂ ਆ ਰਹੀਆਂ, ਅਤੇ ਇਹ ਕੀ ਕਰਦੇ ਜਿਵੇਂ ਹੁਣ ਕੰਪਨੀਆਂ ਦੇ ਬੰਦੇ ਇੱਥੇ ਇੰਡੀਆ ਦੇ ਜਾਂ ਕੁਛ ਹੋਰ ਬਾਹਰਲੇ ਲੋਕ ਕੰਮ ਕਰਦੇ ਆ, ਸੋ ਇੱਥੇ ਗਵਰਨਮੈਂਟ ਸਾਥ ਦਿੰਦੀ ਆ, ਪੁਲਿਸ ਸਾਥ ਦਿੰਦੀ ਆ ਵੀ ਹਾਂ ਵੀ ਤੁਸੀਂ ਬੰਦਾ ਚੱਕ ਲਓ, ਫਿਰ ਉਹਨਾਂ ਤੋਂ ਕਾਫੀ ਹੱਦ ਤੱਕ ਪੈਸੇ ਮੰਗਦੇ ਆ, $10,000-$20,000 $20,000 ਮੰਗਦੇ ਆ, ਅਤੇ ਫਿਰ ਉਹ ਬੰਦੇ ਨੂੰ ਛੱਡਦੇ ਆ, ਇੱਦਾਂ ਬਜਟ ਪੂਰਾ ਕਰ ਰਹੇ ਆ। ਇੱਥੋਂ ਵੀ ਐਂਟਰੀ ਆ ਬਈ, ਕਾਫੀ ਹੱਦ ਤੱਕ ਸਿਕਿਉਰਟੀ ਸਕਿਉਰਟੀ ਟਾਈਟ ਰਹਿੰਦੀ ਆ ਇੱਥੇ, ਇਹ ਪਹਿਲੀ ਵਾਰ ਦੇਖ ਰਿਹਾ ਵੀ ਯਾਰ ਪੈਸੇ ਦੇ ਕੇ ਤੇ ਇੰਨੀ ਸਖਤ, ਮਤਲਬ ਸਿਕਿਉਰਟੀ ਦੇ ਵਿੱਚ ਬੀਚ ਹੋਏ ਜਿਹੜੀ ਨੇ, ਬੀਚ ਤਾਂ ਜ਼ਿਆਦਾਤਰ ਓਪਨ ਹੀ ਹੁੰਦੀਆਂ ਬਈ। ਸੋ ਲਓ ਬਈ ਇੱਥੇ ਟਿਕਟਿੰਗ ਦਾ ਏਰੀਆ, ਔਰ ਇਹ ਕਹਿੰਦੇ 5000 ਦੀ ਟਿਕਟ ਆ, ਜਿਹੜੀ ਕਿ ਮੇਰੇ ਹਿਸਾਬ ਨਾਲ ਬੀਚ ਦੇ ਹਿਸਾਬ ਨਾਲ ਤਾਂ ਕਾਫੀ ਮਹਿੰਗੀ ਆ ਟਿਕਟ। ਬਈ ਇੱਦਾਂ ਲਾ ਰਹੇ ਆ, ਇਹ ਲੱਗ ਗਿਆ, ਇਹ ਹੋ ਗਈ ਸਾਡੀ ਸਮਝ ਲਓ ਐਂਟਰੀ ਬੀਚ ਦੀ। 580 ਇੰਡੀਅਨ ਰੁਪੀਜ਼ ਦੀ ਇਹ ਟਿਕਟ ਆ ਬੀਚ ਦੀ, ਉਹਦਾ ਕਾਰਨ ਮੈਂ ਇੱਕੋ ਦੱਸਦਾ, ਵੈਸੇ ਬੀਚ ਦੀ ਕੋਈ ਟਿਕਟ ਨਹੀਂ ਹੁੰਦੀ, ਨੋਰਮਲ ਜੀ ਗੱਲ ਆ, ਪਰ ਬਈ ਸੇਫਟੀ ਦੇ ਕੰਸਰਨ ਕਰਕੇ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਕਰਕੇ ਇੰਨੀ ਜ਼ਿਆਦਾ ਟਿਕਟ ਲਈ ਜਾਂਦੀ ਹੈ, ਕਿਉਂਕਿ ਇੱਥੇ ਤੁਹਾਨੂੰ ਪੂਰੀ ਜਿਹੜੀ ਹੈ ਨਾ ਸੁਰੱਖਿਆ ਦਿੱਤੀ ਜਾਂਦੀ ਆ। ਚਲੋ ਜੋ ਵੀ ਆ ਬਈ, ਹਰ ਕੰਟਰੀ ਦੇ ਆਪਦੇ ਆਪਦੇ ਹਿਸਾਬ ਹੁੰਦੇ ਆ, ਪਰ ਦੇਖੋ ਜੇ ਟਿਕਟ ਲੈ ਰਿਹਾ ਤਾਂ ਤੁਹਾਨੂੰ ਪੂਰਾ
ਔਕੇ ਵੀ ਕੰਮ ਆ, ਸੁਰੱਖਿਆ ਤੁਹਾਨੂੰ ਪੂਰੀ ਦਿੱਤੀ ਜਾਊਗੀ। ਬਾਹਰ ਬੰਦੂਕਾਂ ਬੰਦਾਕਾਂ ਵਾਲੇ ਬੰਦੇ ਪੂਰੇ ਕੈਮ ਖੜੇ ਆ ਬਾਈ, ਮਤਲਬ ਅਪਹਰਣ ਹੋਣਾ ਇੱਥੇ ਨਾ ਜਿਹੜਾ ਬਹੁਤ ਮੁਸ਼ਕਿਲ ਵਗੈਰਾ। ਆਹ ਤੁਸੀਂ ਖੇਡ ਸਕਦੇ ਹੋ ਪੂਲ ਵਗੈਰਾ, ਤੇ ਉਧਰ ਉਹਦੇ ਕੋਲ ਨਿਸ਼ਾਨੇ ਨਿਸ਼ਾਨੇ ਲਾਉਣੇ ਆ, ਤਾਂ ਉਹ ਗੇਮਾਂ ਵਗੈਰਾ ਉਧਰ ਹੈਗੀਆਂ, ਤੇ ਇਧਰਲੇ ਪਾਸੇ ਹੈਗਾ ਬਾਈ ਪੂਲ ਵਗੈਰਾ। ਪੂਲ ਦੀ ਐਂਟਰੀ ਕਰਦੇ ਆ, ਦੇਖਦੇ ਆ। ਚਲੋ ਅਸੀਂ ਵੈਸੇ ਪੂਲ ਚ ਨਹਾਉਣਾ ਤਾਂ ਨਹੀਂਗਾ, ਮਤਲਬ ਇਹ ਸਾਰੇ 580 ਰੁਪਈਆਂ ਦੇ ਵਿੱਚ ਇਨਕਲੂਡ ਆ ਸਾਰਾ ਕੁਛ। ਐਕਚੁਅਲੀ ਛੁੱਟੀ ਦਾ ਦੇਣਾ ਤਾਂ ਸਾਰੇ ਲੋਕ ਇੱਥੇ ਆਪਦਾ ਇੰਜੋਏ ਵਗੈਰਾ ਕਰਨ ਆਏ ਹੋਏ ਆ। ਤੇ ਦੇਖੋ ਇਹਨਾਂ ਦਾ ਫੂਡ ਵਗੈਰਾ, ਬਾਰਬੀਕਿਊ ਵਗੈਰਾ ਚੱਲ ਰਿਹਾ, ਤੇ ਬੀਚ ਵੀ ਆ ਗਿਆ। ਪਾਣੀ ਵਗੈਰਾ ਦੇਖਣ ਆਏ ਸੀ ਇੱਥੇ, ਜਾਂ ਕੋਈ ਨਾਰੀਅਲ ਪਾਣੀ ਵਗੈਰਾ ਸ਼ਾਇਦ ਕੋਈ ਪੀ ਰਿਹਾ ਸੀ ਯਾਰ, ਮਿਲਦਾ ਤਾਂ ਹੋਊਗਾ ਕਿਤੋਂ ਨਾ ਕਿਤੋਂ। ਛੁੱਟੀ ਕਰਕੇ ਸਾਰੇ ਇਕੱਠੇ ਹੋ ਕੇ ਆਏ ਹੋਏ ਆ, ਇਹ ਇੰਜੋਏ ਚੱਲ ਰਿਹਾ, ਆਪਦੀ ਪਾਰਟੀ ਪੂਰਟੀ ਕਰ ਰਹੇ ਆ। ਇਹ ਸਮਝ ਨਹੀਂ ਆ ਰਹੀ ਪਰ ਅੱਛਾ, ਉਹ ਗੁਬਾਰਿਆਂ ਵਾਲੀ ਬਈ, ਇੱਕ ਦੂਜੇ ਦੇ ਅੰਦਰ ਪਾ ਕੇ ਧੱਕਾ ਮਾਰਨਾ ਢਿੱਡ ਦੇ ਤੇ ਟੂਈ ਦੇ ਵਿਚਾਲੇ ਰੱਖ ਕੇ ਗੁਬਾਰਾ ਤੋੜਨਾ ਆ ਸ਼ਾਇਦ, ਏਦਾਂ ਕੋਈ ਸਿਸਟਮ ਆ। ਜਿਹੜੀ ਟੀਮ ਸਭ ਤੋਂ ਪਹਿਲਾਂ ਗੁਬਾਰੇ ਸਾਰੇ ਤੋੜ ਦੂਗੀ ਉਹ ਜਿੱਤ ਜੂਗੀ। ਤੇ ਕਹਿੰਦੇ ਸ਼ਾਮ ਨੂੰ ਕੋਈ ਮਤਲਬ ਆ ਰਿਹਾ ਜਾਂ ਕੱਲ ਸਵੇਰੇ ਕੋਈ ਆ ਰਿਹਾ, ਏਦਾਂ ਕਹਿ ਰਹੇ, ਸਮਝ ਨਹੀਂ ਆਈ ਸ਼ਾਮ ਨੂੰ ਆ ਕਿੱਦਾਂ, ਸ਼ਾਇਦ ਸ਼ਾਮ ਨੂੰ ਲੱਗ ਰਿਹਾ ਕੋਈ ਲਾਈਟਿੰਗ ਵਗੈਰਾ ਜਿੱਦਾਂ ਦੀ ਚੱਲ ਰਹੀ ਆ। ਜਿੱਦਾਂ ਆਹ ਬਾਈ ਖੜਾ ਹੋਇਆ ਵੀ ਸਿਕਿਉਰਟੀ ਵਾਲਾ, ਇੱਕ ਬਾਈ ਉੱਧਰ, ਉਹ ਦੇਖੋ ਉੱਧਰ ਨੂੰ ਮੂੰਹ ਕਰਕੇ ਖੜਾ ਹੋਇਆ, ਉਹਦੀ ਡਿਊਟੀ ਏਦਾਂ ਵੀ ਬਸ ਉੱਧਰ ਨੂੰ ਹੀ ਮੂੰਹ ਰੱਖਣਾ ਉਹਨੇ, ਹਨਾ ਜਿਵੇਂ ਕੋਈ ਆ ਰਿਹਾ ਬੁਲਾ ਵੀ ਰਿਹਾ, ਹਨਾ ਉਹ ਖੜਾ ਹੋਇਆ ਇੱਧਰ ਖੜਾ ਹੋਇਆ ਬਾਈ, ਬਹੁਤ ਸਿਕਿਉਰਟੀ ਟਾਈਟ ਆ। ਪਹਿਲਾਂ ਮੈਂ ਲੱਗਿਆ ਸੀ ਕਿਤੇ ਇਹਦੇ ਕਰਕੇ ਆ, ਪਰ ਨਹੀਂ ਬਾਈ ਇੱਥੇ ਹਮੇਸ਼ਾ ਹੀ ਟਾਈਟ ਰਹਿੰਦੀ ਆ। ਜਿਹੜੇ ਇਹਦੇ ਵਾਲੇ ਬੰਦੇ ਉਹ ਅਲੱਗ ਆ, ਆਹ ਜਿਹੜਾ ਬੰਦਾ ਇਹਦੇ ਵਾਲਾ, ਮਤਲਬ ਇਹਨਾਂ ਦੀ ਆਹ ਡਰੈਸ ਹੀ ਅਲੱਗ ਆ। ਉਹ ਜਿਹੜਾ ਬੰਦਾ ਉਹ ਸਾਰਿਆਂ ਦੀ ਜਿਹੜੇ ਟਿਕਟਾਂ ਵੇਚ ਰਹੇ ਸੀਗੇ ਉਹਨਾਂ ਵਰਗੀ ਡਰੈਸ ਆ ਉਸ ਬੰਦੇ ਦੀ। ਬਾਕੀ ਬੀਚ ਬਾਈ ਇਹ ਛੋਟੀ ਆ, ਬਹੁਤੀ ਵੱਡੀ ਨਹੀਂ ਆ, ਦੇਖੋ ਉੱਥੋਂ ਸ਼ੁਰੂ ਹੋਈ ਲਗਭਗ ਇੱਧਰੋਂ ਖਤਮ ਹੋ ਜਾਂਦੀ, ਅੱਗੇ ਜਾਲੀ ਲੱਗੀ ਹੋਈ ਆ, ਉਸ ਤੋਂ ਅੱਗੇ ਜਾਣਾ ਤਾਂ ਇਹਨਾਂ ਦਾ ਏਰੀਆ ਨਹੀਂ, ਫਿਰ ਤੁਹਾਡੇ ਤੁਸੀਂ ਆਪਦੇ ਰਿਸਕ ਤੇ ਹੋ ਜਾਂਦੇ। ਠੀਕ ਠਾਕ ਰੇਟ ਆ ਇੱਥੇ, ਬਹੁਤ ਓਵਰ ਮਹਿੰਗਾ ਨਹੀਂ ਕਹਿ ਸਕਦੇ ਤੁਸੀਂ ਲਾਗੋਸ ਨੂੰ, ਪਰ ਹੈ ਵਧੀਆ ਆ। ਆਹ ਏਰੀਆ ਕਾਫੀ ਵਧੀਆ, ਕਾਫੀ ਸਹੀ ਆ, ਪੀਸਫੁਲ ਵੀ ਲੱਗ ਰਿਹਾ। ਟੈਕਸੀ ਬੁੱਕ ਕੀਤੀ, ਇੱਥੇ ਖੜੀ ਹੋਈ ਸੀ ਉਹ। ਚਲੋ ਬਾਈ ਬਾਈ ਇੱਥੇ ਖੜਾ ਹੋਇਆ ਸੀਗਾ, ਚਲਾ ਲਿਆ, ਸਮਝ ਗਿਆ ਉਹ ਬਾਈ, ਇੱਥੇ ਲੋੜ ਨੀ ਪੈਂਦੀ ਕਿਉਂਕਿ ਇੰਗਲਿਸ਼ ਸਮਝ ਆਉਂਦੇ ਆ ਨਾਲ ਦੀ ਨਾਲ ਉਹਨੂੰ, ਮਤਲਬ ਅਸੀਂ ਆਪਦੀ ਲੈਂਗੁਏਜ ਹੀ ਨਾਲੇ ਬੋਲਿਆ, ਬਾਈ ਸਮਝ ਗਿਆ ਵੀ ਏਸੀ ਬਾਰੇ ਕਹਿ ਰਹੇ ਆ। ਗਰਮੀ ਹੈ ਯਾਰ ਅੱਜ ਕਾਫੀ ਲੱਗੀ, ਪਤਾ ਨਹੀਂ ਅਸੀਂ ਅੱਜ ਕਾਫੀ ਤੁਰੇ, ਬਾਕੀ ਧੁੱਪ ਵੀ ਹੈਗੀ ਆ, ਹੁਮਸ ਜੀ ਬਹੁਤ ਜ਼ਿਆਦਾ ਅੱਜ। ਦੋ ਤਿੰਨ ਇੱਦਾਂ ਦੀਆਂ ਪ੍ਰਾਈਵੇਟ ਬੀਚਿਸ ਆ, ਇੱਕ ਇਹ ਇੱਕ ਉਹਦੇ ਨਾਲ ਵਾਲੀ ਆ, ਇੱਕ ਉਹਦੋਂ ਪਿੱਛੇ ਵਾਲੀ ਜਿੱਥੇ ਮਤਲਬ ਅਸੀਂ ਪਹਿਲਾਂ ਆਏ ਸੀ। ਇਹ ਸਾਰੀਆਂ ਇੱਕੋ ਜਿਹੀਆਂ ਆਉਣਗੀਆਂ ਕਿ ਸਾਰਿਆਂ ਦੀ, ਇਹ ਸਭ ਤੋਂ ਮਹਿੰਗੀ ਬਈ ਇਹਦਾ 5000, ਉਹ 3500 ਦੀ ਸੀਗੀ, ਵਿਚਾਲੇ ਵਾਲੀ ਦਾ ਰੇਟ ਪਤਾ ਨਹੀਂ, ਮਤਲਬ ਲਗਭਗ ਇੰਨਾ ਹੀ ਹੋਊਗਾ ਬਈ। ਇੱਥੋਂ ਜਿੰਨੇ ਵੀ ਅਮੀਰ ਲੋਕ ਆ ਆਪਦੀ ਛੁੱਟੀ ਦੇ ਟਾਈਮ 'ਚ ਇੱਥੇ ਆਉਂਦੇ ਆ, ਕਿਉਂਕਿ ਇਸ ਤੋਂ ਬਾਅਦ ਹੁਣ ਕੋਈ ਛੁੱਟੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਦਾ ਸ਼ਨੀਵਾਰ ਨੂੰ ਸੀਗਾ ਇੰਡੀਪੈਂਡੈਂਸ ਡੇ। ਜੇਕਰ ਸ਼ਨੀਵਾਰ ਨੂੰ ਇੰਡੀਪੈਂਡੈਂਸ ਡੇ, ਸ਼ਨੀ ਐਤਵਾਰ ਦੀ ਤਾਂ ਇੱਥੇ ਵੈਸੇ ਛੁੱਟੀ ਹੁੰਦੀ ਆ, ਤਾਂ ਬਾਈ ਫਿਰ ਉਹਦੀ ਐਕਸਟਰਾ ਛੁੱਟੀ ਸੋਮਵਾਰ ਨੂੰ ਦਿੱਤੀ ਜਾਂਦੀ ਆ, ਜਿਹੜੀ ਕਿ ਇੱਥੇ ਹੈਗੀ ਆ। ਅੱਜ ਵੈਸੇ ਐਤਵਾਰ ਆ, ਕੱਲ੍ਹ ਨੂੰ ਵੀ ਇੱਥੇ ਛੁੱਟੀ ਆ, 3 ਦਿਨ ਦਾ ਲੰਬਾ ਵੀਕਐਂਡ ਆ ਗਿਆ, ਸੋ ਤਾਂ ਕਰਕੇ ਬਈ ਇੱਥੇ ਸਾਰੇ ਲੋਕ ਜਿਹੜੇ ਆ ਆਪਦਾ ਆਏ ਹੋਏ ਆ ਤੇ ਇੰਜੋਏ ਕਰ ਰਹੇ। ਬਾਈ ਕਹਿੰਦਾ ਮੈਂ ਪੈਟਰੋਲ ਭਰਵਾਉਣਾ ਇੱਥੋਂ, ਇੱਥੇ ਨਾਲੇ ਮੈਂ ਤੁਹਾਨੂੰ ਰੇਟ ਵੀ ਦਿਖਾ ਦਿੰਦਾ ਪੈਟਰੋਲ ਦਾ। ਬਾਈ ਇੱਥੇ ਤਾਂ ਕੁਛ ਵੀ ਨਹੀਂ ਆ, ਦੇਖੋ ਕਿਸੇ ਨੇ ਸ਼ਾਇਦ 3000 ਦਾ ਪਵਾਇਆ, ਕਿੰਨੇ ਲੀਟਰ ਆਇਆ ਗਿਆ, 17 ਲੀਟਰ ਆਇਆ ਗਿਆ, 3000 ਕੁਛ ਵੀ ਨਹੀਂ ਹੋਏ ਬਾਈ, 3000 ਲਗਭਗ 320-330 ਰੁਪਈਏ ਬਣਦੇ ਆ। ਮਾਲ ਦੀ ਬਿਲਡਿੰਗ ਆ, ਵੈਸੇ ਪਰਲੇ ਪਾਸੇ ਇਹਦੀ ਬੈਕ ਸਾਈਡ ਆ ਗਈ ਆ, ਤੇ ਉਦਾਂ ਬਾਈ ਦੀ ਲੋਕੇਸ਼ਨ ਦੂਜੇ ਪਾਸੇ ਦਿਖਾ ਰਹੀ ਸੀ ਉਹਦੇ ਮੈਪ ਦੇ ਉੱਤੇ ਵੀ। ਮਾਲ ਦੇ ਵਿੱਚ ਆ ਗਏ ਆ, ਨਾਈਜੀਰੀਆ ਦਾ ਫਲੈਗ, ਮਤਲਬ ਨਾਈਜੀਰੀਆ ਦਾ ਮੈਪ ਵੀ ਆ ਤੇ ਨਾਈਜੀਰੀਆ ਦਾ ਫਲੈਗ ਵੀ ਆਈ ਆ।
ਇੰਡੀਪੈਂਡੈਂਸ ਡੇ ਕਰਕੇ ਪਿਊਮਾ ਵਾਲਿਆਂ ਨੇ ਵੀ ਇੱਥੇ ਦੇਖੋ ਇਹਨਾਂ ਦੇ ਝੰਡੇ ਵਰਗੇ ਕੱਪੜੇ ਬਣਾ ਰੱਖੇ ਆ। ਬਹੁਤ ਸਾਰੇ ਲੋਕਾਂ ਦੇ ਇੱਕ ਮੈਂਟੈਲਿਟੀ ਬਣ ਜਾਂਦੀ ਹੈ ਕਿ ਨਾਈਜੀਰੀਆ ਇੱਦਾਂ ਬਈ ਗਰੀਬ ਆ, ਕਿਤੇ ਅਫਰੀਕਾ ਗਰੀਬੀ ਆ। ਠੀਕ ਆ, ਆਪਾਂ ਇਹ ਚੀਜ਼ ਨੂੰ ਮੰਨਦੇ ਹਾਂ ਕਿਉਂਕਿ ਸਰਕਾਰਾਂ ਦੇਖੋ ਪਹਿਲਾਂ ਪੁਰਾਣੇ ਅੰਗਰੇਜ਼ ਲੁੱਟ ਗਏ ਕਿਸੇ ਨੂੰ, ਕੋਈ ਫਰੈਂਚ ਲੁੱਟ ਗਏ, ਹਨਾ, ਲੁੱਟ ਲੁੱਟ ਕੇ ਉਹ ਚਲੇ ਗਏ ਤੇ ਵਿਚਾਰਿਆਂ ਨੂੰ ਗਰੀਬ ਕਰ ਗਏ, ਫਿਰ ਮੌਕੇ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਸਾਂਭਿਆ ਨਹੀਂ। ਪਰ ਬਈ ਸਟਿਲ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਅਮੀਰ ਲੋਕ ਹੈਗੇ ਆ ਤੇ ਲਾਗੋਸ ਤਾਂ ਫਿਰ ਬਈ ਹੈ ਹੀ ਮੇਨ ਸਿਟੀ ਆ, ਤਾਂ ਕਰਕੇ ਇਹ ਵੀ ਸਿਟੀ ਦੇ ਮੌਲਾਂ ਵਿੱਚੋਂ ਇੱਕ ਮੌਲ ਆ। ਇੱਦਾਂ ਦੇ ਕਈ ਮੌਲ ਆ, ਮੇਨ ਇੱਕ ਜਾਂ ਮੌਲ ਉਹ ਤਾਂ ਬਹੁਤ ਹੀ ਵੱਡਾ। ਇੱਥੇ ਇਹਨਾਂ ਦੀ ਮਤਲਬ ਇੱਕ ਮਾਰਕੀਟ ਆ ਗਈ ਜਿਹਦੇ ਵਿੱਚ ਡਰਿੰਕਸ ਹੀ ਡਰਿੰਕਸ ਆ ਬਹੁਤ ਸਾਰੀਆਂ। ਇਹ ਪਤਾ ਨਹੀਂ ਕੋਈ ਮਾਲਟ, ਇਹ ਮਤਲਬ ਸ਼ਾਇਦ ਬੀਅਰ ਹੋਊਗੀ 249 ਨਾ, ਇਹ 249 ਬਹੁਤ ਘੱਟ ਹੋ ਗਈ ਬਈ, ਇਹ ਤਾਂ ਲਗਭਗ ਇੱਦਾਂ ਲਾ ਲਓ ਵੀ 20-30 ਰੁਪਈਆਂ ਦੀ ਆ ਹਨਾ। ਤੇ ਇੱਧਰ ਆ ਗਈ ਰੈੱਡ ਬੁੱਲ, ਰੈੱਡ ਬੁੱਲ ਦੇਖਦੇ ਹਾਂ ਕਿੰਨੇ ਦੀ, 649 ਬਈ। ਇੰਡੀਆ ਨਾਲੋਂ ਰੈੱਡ ਬੁੱਲ ਬਹੁਤ ਸਸਤੀ ਆ, 720 ਹੋ ਜਾਂਦੇ ਆ 80 ਰੁਪਏ ਅੱਜ ਦੀ ਡੇਟ ਦੇ ਵਿੱਚ, ਤੇ ਉਸ ਤੋਂ ਵੀ ਘੱਟ ਆ। ਇੱਦਾਂ ਦੀ ਐਨਰਜੀ ਡਰਿੰਕ ਇਹਦਾ ਹੋਰ ਵੀ ਸਸਤੀ ਆ ਬਈ, 499 ਦੀ ਆ। ਕਿੰਨੇ ਤਰ੍ਹਾਂ ਦਾ ਮਾਸ ਪਿਆ ਪਤਾ ਨਹੀਂ, ਕਿਸ ਕਿਸ ਚੀਜ਼ ਦਾ ਹੀ ਆ, ਸਮਝੋ ਬਾਹਰ ਆ। ਪਰ ਦੇਖੋ ਇੱਦਾਂ ਲਾਲ ਲਾਲ ਖੂਨ ਹੋਇਆ, ਮਾਸ ਹੀ ਮਾਸ ਦਿਖੂਗਾ ਤੁਹਾਨੂੰ ਸਾਰੇ ਪਾਸੇ। ਉੱਧਰ ਚਿਕਨ ਚੁਕਨ ਵਗੈਰਾ ਕੁਛ ਆ, ਕ੍ਰੀਮ ਦੇ ਦੇਖੇ ਸੀ ਆ, ਦੇਖੋ ਕਿੱਡਾ ਵੱਡਾ ਬਈ। ਇੰਡੀਆ ਦੇ ਵਿੱਚ ਨਾ ਐਡੇ ਵੱਡੇ ਮੈਂ ਬਹੁਤ ਘੱਟ ਹੀ ਦੇਖੇ ਆ, ਕੀ ਪਤਾ ਆਉਂਦੇ ਹੋਣ ਬਈ, ਤੇ ਮਹਿੰਗੇ ਵੀ ਨਹੀਂ ਇੰਨੇ। ਹੋਰ ਦਿਖਾਉਣਾ, ਚਲੋ ਸਭ ਤੋਂ ਛੋਟੇ ਤੋਂ ਛੋਟੇ ਵਾਲੇ ਇੱਕ ਚੀਜ਼ ਹੋਰ ਦੱਸ ਦੇਣਾ, ਆ ਜਿਹੜੀ ਪੈਪਸੀ ਆ ਨਾ ਬਈ, ਹਾਂ 134 ਸ਼ਾਇਦ ਬਈ, 12-13-14 ਰੁਪਏ ਦੀ ਇਹ ਪੈਪਸੀ ਆ, ਇੰਡੀਆ 'ਚ 35-40 ਦੀ ਆ ਜਿਹੜੀ। ਆਹ ਦੇਖੋ ਆਹ ਛੋਟੇ ਤੋਂ ਛੋਟੇ ਕੱਪ ਆ, ਇਹਨਾਂ ਦੇ ਛੋਟੇ ਤੋਂ ਛੋਟੇ ਕੱਪ ਵੀ ਇੰਡੀਆ 'ਚ ਜਿਹੜੇ ਆਉਂਦੇ ਉਹਦੇ ਆਲਮੋਸਟ ਡਬਲ ਆ, 2.5 ਗੁਣਾ, ਔਰ ਇਹਦੀ ਕੀਮਤ ਹੈਗੀ ਲਗਭਗ 30 ਰੁਪਏ। ਇਹ ਤਾਂ ਆ ਗਏ ਵੀ ਆਮ ਸਧਾਰਨ ਕੇਲੇ ਜਿਹੜੇ ਕਿ ਇੰਡੀਆ 'ਚ ਵੀ ਮਿਲ ਜਾਣਗੇ, ਔਰ ਇਹਨਾਂ ਦਾ ਸਾਈਜ਼ ਵਗੈਰਾ ਵੀ ਉੱਦਾਂ ਦਾ ਹੀ ਆ। ਇਹ ਕੇਲੇ ਆ, ਹੁਣ ਚਲੋ ਆਹ ਬਾਕੀ ਸਬਜ਼ੀਆਂ ਵਗੈਰਾ ਹੈਗੀਆਂ, ਇਹਨਾਂ ਤੋਂ ਤੁਸੀਂ ਕੁਛ ਨਹੀਂ ਲੈਣਾ। ਆਹ ਦੇਖੋ ਆਹ, ਚਲੋ ਪਤਾ ਨਹੀਂ ਕੀ ਹੈ, ਇਹ ਸ਼ਾਇਦ ਉਹ ਕਟਲ ਵਗੈਰਾ ਟਾਈਪ ਵਾਲੀ ਚੀਜ਼ ਹੁੰਦੀ ਹੋਗੀ। ਜਿਹੜੇ ਆਹ ਪਏ ਆ ਵੀ, ਇਹ ਵੀ ਤੁਹਾਨੂੰ ਕੇਲੇ ਵਰਗੇ ਲੱਗ ਰਹੇ ਹੋਣਗੇ, ਲੇਕਿਨ ਇਹ ਪਲਾਂਟੇਨ ਆ, ਪਲੂ ਦੀ ਤਰ੍ਹਾਂ, ਇੱਦਾਂ ਮਤਲਬ ਸਖਤ ਆ। ਇਹ ਕੀ ਕਰਦੇ ਆ ਇੱਥੇ ਦੇ ਜਿਹੜੇ ਲੋਕ ਆ ਨਾ, ਉਹ ਇਹ ਕੇਲਿਆਂ ਨੂੰ ਜਿੱਦਾਂ ਇਹਨੂੰ ਪਾਣੀ ਦੇ ਵਿੱਚ ਉਬਾਲ ਲੈਂਦੇ ਆ, ਜਾਂ ਇਹਨੂੰ ਭੁੰਨ ਵੀ ਲੈਂਦੇ ਆ, ਰੋਸਟ ਵੀ ਕਰ ਲੈਂਦੇ ਆ, ਜਾਂ ਫਿਰ ਪਾਣੀ ਦੇ ਵਿੱਚ ਉਬਾਲ ਲੈਂਦੇ ਆ, ਉਹ ਖਾਂਦੇ ਆ। ਤੋਂ ਅਸੀਂ ਥੋੜਾ ਜਿਹਾ ਆ ਗਏ ਘੁੰਮ ਕੇ, ਤੇ ਇੱਧਰ ਹਾਲੇ ਵੀ ਆ ਪ੍ਰੋਗਰਾਮ ਚੱਲ ਰਿਹਾ, ਸ਼ੂਟ ਵਗੈਰਾ ਹੋ ਰਿਹਾ ਸੀ, ਤੇ ਇੱਥੇ ਹੁਣ ਪਤਾ ਨਹੀਂ ਕੀ ਇਕੱਠਾ ਇਕੱਠਾ ਕਰ ਲਿਆ ਇਹਨਾਂ ਨੇ, ਗੱਡੀਆਂ ਗੁੱਡੀਆਂ ਇੱਦਾਂ ਲਾ ਦੀਆਂ। ਹੋਰ ਗੁਰਦੁਆਰਾ ਸਾਹਿਬ ਆ ਜਿਹਦਾ ਹਾਲੇ ਤੱਕ ਕੋਈ ਰਿਵਿਊ ਨਹੀਂ ਆ, ਪਰ ਮੈਂ ਗੂਗਲ ਦੇ ਉੱਤੇ ਰਿਵਿਊ ਪਾ ਦੂੰਗਾ, ਤਾਂ ਜੋ ਗੂਗਲ ਦੇ ਉੱਤੇ ਲੋਕੇਸ਼ਨ ਤਾਂ ਆਉਂਦੀ ਆ, ਪਰ ਰਿਵਿਊ ਨਾ ਹੋਣ ਕਰਕੇ ਇੱਦਾਂ ਲੱਗਦਾ ਵੀ ਕਿਤੇ ਲੋਕੇਸ਼ਨ ਨਹੀਂ ਹੈਗੀ, ਕਿਉਂਕਿ ਇਹ ਬਿਲਕੁਲ ਹਾਲੇ ਨਵਾਂ ਗੁਰਦੁਆਰਾ ਸਾਹਿਬ ਆ, ਪਰ ਇਹ ਵੱਡਾ ਉਹਦੇ ਨਾਲੋਂ। ਅਤੇ ਇੱਥੇ ਮਤਲਬ ਦਰਬਾਰ ਸਾਹਿਬ ਤੋਂ ਵੀ ਰਾਗੀ ਸਿੰਘ ਵਗੈਰਾ ਆਏ ਹੋਏ ਸੀਗੇ ਪਿੱਛੇ, ਸੋ ਖੈਰ ਬਾਕੀ ਜੋ ਵੀ ਆ ਮੈਂ ਦਿਖਾਉਂਦਾ ਤੁਹਾਨੂੰ। ਹਾਂਜੀ, ਅਸੀਂ ਇਹ ਲੋਕੇਸ਼ਨ ਆ, 721 ਪਾਇਆ ਹੋਇਆ ਵੈਸੇ, 44 ਆ, 44 ਮਤਲਬ ਸਟਰੀਟ ਦਾ ਨਾਂ ਸ਼ਾਇਦ, 44 ਆ, ਜ਼ੈਨਿਥ ਬੈਂਕ ਆ ਇਹਦੇ ਬਿਲਕੁਲ ਸਾਹਮਣੇ, ਇਹ ਗੁਰਦੁਆਰਾ ਸਾਹਿਬ ਆ ਬਈ, ਖੁੱਲ੍ਹਾ ਹੋਊਗਾ ਵੈਸੇ, ਚੱਲਦੇ ਅੰਦਰ, ਕਾਫੀ ਵੱਡਾ ਲੱਗ ਰਿਹਾ, ਨਿਊ ਗੁਰਦੁਆਰਾ ਸਾਹਿਬ ਦੇਖੋ ਲਿਖਿਆ ਵੀ ਹੋਇਆ, ਦਿਖਾਉਣਾ ਤੁਹਾਨੂੰ। ਸਤਸੰਗ ਮਿਸ਼ਨ ਔਨ ਦਾ ਓਪਨਿੰਗ ਸੈਰਮਨੀ ਆਫ ਨਿਊ ਗੁਰਦੁਆਰਾ ਸਾਹਿਬ ਵਿਕਟੋਰੀਆ ਆਈਲੈਂਡ, ਦਿਖਾਉਣਾ ਬਾਈ। ਇੱਥੇ ਮੰਦਿਰ ਤੇ ਗੁਰਦੁਆਰਾ ਥੱਲੇ ਇੱਕੋ ਹਾਲ ਦੇ ਅੰਦਰ ਆ, ਪਹਿਲਾਂ ਸੀਗੇ ਪਰ ਹੁਣ ਗੁਰਦੁਆਰੇ ਨੂੰ ਉੱਤੇ ਕਰਤਾ, ਮੰਦਿਰ ਹਾਲੇ ਵੀ ਥੱਲੇ ਆ, ਪਰ ਹਾਲੇ ਵੀ ਪਾਲਕੀ ਸਾਹਿਬ ਵਗੈਰਾ ਉੱਥੇ ਪਈ ਹੋਈ ਆ, ਉਹ ਸਾਰੇ ਤੁਹਾਨੂੰ ਦਰਸ਼ਨ ਕਰਾਊਂਗਾ। ਚਲੋ ਪਹਿਲਾਂ ਆਪਾਂ ਹੱਥ ਧੋ ਲਈਏ ਤੇ ਫਿਰ ਅੰਦਰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ, ਨਾਲ ਹੀ ਮੰਦਿਰ ਆ ਤੇ ਨਾਲ ਹੀ ਗੁਰਦੁਆਰਾ ਸਾਹਿਬ ਆ।
ਪਿਸਟਲ ਟਾਈਟ ਕੀਤੀ ਹੋਈ ਆ ਬਾਈ, ਇੱਕ ਬੰਦਾ ਬਾਈ ਪਿੱਛੇ ਬੰਦੂਕ ਵਾਲਾ ਬਿਠਾਇਆ ਹੋਇਆ। ਬਿਲਕੁਲ ਨਵਾਂ ਬਣਾਇਆ ਬਾਈ, ਪਹਿਲਾਂ ਥੱਲੇ ਦੋਨੇ ਇਕੱਠੇ ਹੀ ਸੀਗੇ। ਇਹ ਆ ਗਿਆ ਜੀ ਇੱਧਰ, ਇਹ ਆ ਗਿਆ ਜੀ ਹਾਲ। ਇਹ ਹਾਲ ਬਹੁਤ ਵੱਡਾ, ਕਾਫੀ ਖੁੱਲ੍ਹਾ, ਬਹੁਤ ਖੁੱਲ੍ਹਾ, ਖੁੱਲ੍ਹਾ ਨਹੀਂ ਕਾਫੀ ਖੁੱਲ੍ਹਾ, ਅੱਡਾ ਖੁੱਲ੍ਹਾ ਨਾ। ਬਿਲਕੁਲ ਨਵਾਂ ਬਣਾਇਆ, ਹਾਲੇ ਜ਼ਿਆਦਾ ਦਿਨ ਨਹੀਂ ਹੋਏ, ਹਫ਼ਤਾ ਹੋ ਗਿਆ ਹੋਵੇ ਤਾਂ ਬਹੁਤ ਵੱਡੀ ਗੱਲ ਆ। ਚਲੋ ਸਭ ਤੋਂ ਪਹਿਲਾਂ ਮੱਥਾ ਟੇਕ ਲਈਏ, ਫਿਰ ਮੈਂ ਤੁਹਾਨੂੰ ਪਾਲਕੀ ਸਾਹਿਬ ਇਹ ਬਹੁਤ ਖੂਬਸੂਰਤ ਬਈ ਦਰਸ਼ਨ ਕਰਾਉਣਾ। ਫਿਰ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਵੀ ਇੱਥੇ, ਪਾਲਕੀ ਸਾਹਿਬ ਆ ਦੇਖ ਸਕਦੇ ਹੋ ਤੁਸੀਂ। ਅਤੇ ਇੱਥੇ ਕਹਿੰਦੇ ਜੱਥਾ ਵਗੈਰਾ ਵੀ ਆਇਆ ਹੋਇਆ, ਉਹ ਸ਼ਾਇਦ ਕਿਤੇ ਰੁਕੇ ਹੋਣਗੇ ਭਾਈ ਸਾਹਿਬ ਨਹੀਂ, ਅਤੇ ਪ੍ਰੋਗਰਾਮ ਸ਼ਾਇਦ ਅੱਜ ਹੈਗਾ ਕਿ ਨਹੀਂ ਪਤਾ ਨਹੀਂ, ਕਹਿ ਤਾਂ ਰਹੇ ਸੀ ਪਰ ਮੈਨੂੰ ਲੱਗਦਾ ਨਹੀਂ ਗਾ। ਅਤੇ ਆਹ ਦੇਖੋ ਸਾਰਾ ਪਿਆ ਹੋਇਆ, ਕੀਰਤਨ ਵਗੈਰਾ ਦਾ ਪੂਰਾ ਪ੍ਰਬੰਧ ਆ। ਬਹੁਤ ਸਾਰੇ ਲੋਕ ਤਾਂ ਨਹੀਂ ਇੱਥੇ ਹੁੰਦੇ ਮੇਰੇ ਹਿਸਾਬ ਨਾਲ, ਜਿੰਨਾ ਕੁ ਮੈਂ ਇੱਥੇ ਪਤਾ ਕੀਤਾ ਕਹਿੰਦੇ ਵੀ 30-40 ਜਾਂ 50 ਲੋਕ ਇਕੱਠੇ ਹੋ ਜਾਂਦੇ ਆ, ਜਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋ ਜਾਂਦੇ ਹੋਣ। ਅਤੇ ਬਾਈ ਹਰੀ ਸਾਰੇ ਟੇਕ ਰਹੇ ਆ ਮੱਥਾ। ਇਹ ਵੀ ਇੱਥੇ ਸੁੱਖ ਆਸਣ ਦੀ ਜਗ੍ਹਾ ਬਣਾਈ ਹੋਈ ਆ, ਇੱਥੇ ਕਰ ਸਕਦੇ ਹਾਂ। ਅਰੇ ਕੌਣ ਹੋਤਾ ਕੌਣ ਹੈ ਭਾਈ ਸਾਹਿਬ? ਅਭੀ 6:30 ਵਜੇ ਪ੍ਰੋਗਰਾਮ ਸਟਾਰਟ ਹੋ ਰਿਹਾ ਹੈ। ਅੱਛਾ, ਤੋ ਅਭੀ ਕਹਾਂ ਹੋ ਆਨੇ ਵਾਲੇ? ਮੈਂ ਗੱਲ ਕੀਤੀ ਹੈ ਫੋਨ ਤੇ। ਅੱਛਾ, 6:30 ਵਜੇ ਦਾ ਪ੍ਰੋਗਰਾਮ ਹੈ। ਸਵੇਰੇ ਦਾ 1:30 ਵਜੇ ਦਾ ਲੰਗਰ ਵਗੈਰਾ ਸੀ, ਓਲੀ ਬੀਜੂ ਸੀ। ਅੱਛਾ, ਐਲੋ ਬੀਜੂ ਉਹ ਜਿੱਥੇ ਉਹ ਗੁਰਦੁਆਰਾ ਸਵੇਰੇ ਉਧਰ ਕਰਦੇ ਨੇ, ਰਾਤੀ ਇਧਰ ਕਰਦੇ ਨੇ। ਅੱਛਾ, ਸ਼ਾਮ ਨੂੰ ਇੱਥੇ। ਅੱਛਾ, 6:30 ਵਜੇ ਸਟਾਰਟ ਹੋਊਗਾ। 6:30 ਤੇ ਇੱਧਰ ਚੱਲਦੇ ਹਾਂ ਜੀ, ਨਿਸ਼ਾਨ ਸਾਹਿਬ ਦਿਖਾਉਣਾ ਮੈਂ ਤੁਹਾਨੂੰ। ਇੱਧਰ ਆ ਗਿਆ ਜੀ ਨਿਸ਼ਾਨ ਸਾਹਿਬ, ਇਹ ਨਿਸ਼ਾਨ ਸਾਹਿਬ ਲਾਇਆ ਹੋਇਆ ਜੀ। ਵਾਹਿਗੁਰੂ ਪਰ ਬਾਈ, ਮੈਂ ਬਿਲਕੁਲ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਗੁਰਦੁਆਰਾ ਸਾਹਿਬ ਇੱਥੇ ਹੋ ਸਕਦਾ ਆ। ਮਤਲਬ ਮੈਂ ਇੱਕ ਵੀ ਨਹੀਂ ਕੀਤਾ ਸੀਗਾ, ਕਿਉਂਕਿ ਮੈਨੂੰ ਇੰਨਾ ਪਤਾ ਸੀਗਾ ਕਿ ਅਫਰੀਕਾ ਦੇ ਵਿੱਚ ਬਹੁਤ ਸਾਰੇ ਇੰਡੀਅਨਸ ਰਹਿੰਦੇ ਆ, ਸਿੱਖ ਵੀ ਮੈਨੂੰ ਪਤਾ ਸੀ ਰਹਿੰਦੇ ਹੋਣਗੇ, ਤੰਜਾਨੀਆ ਕੀਨੀਆ ਉਹ ਜਿਹੜੀ ਪਰਲੀ ਈਸਟ ਵਾਲੀ ਬੈਲਟ ਆ ਉੱਥੇ ਰਹਿੰਦੇ ਆ, ਬਹੁਤ ਸਾਰੇ ਰਹਿੰਦੇ ਆ ਬਾਈ ਉੱਥੇ ਦਾ, ਮਤਲਬ ਪੰਜਾਬੀ ਤੁਹਾਨੂੰ ਕੋਈ ਨਾ ਕੋਈ ਮਿਲ ਹੀ ਜਾਊਗਾ। ਪਰ ਜਿਹੜਾ ਨਾ ਮੇਨਲੀ ਤੌਰ 'ਤੇ ਵੈਸਟ ਅਫਰੀਕਾ, ਵੈਸਟ ਅਫਰੀਕਾ ਨਾ ਬਹੁਤ ਤੁਸੀਂ ਕੰਟਰੀਆਂ ਦੇ ਨਾਮ ਵੀ ਨਹੀਂ ਸੁਣੇ ਹੋਣੇ, ਬੈਨਿਨ, ਟੋਗੋ, ਉੱਥੇ ਸੈਰਾ ਲਿਓਨੇ, ਗਿੰਨੀ ਬਿਸਾਊ, ਸੈਨੇਗਲ, ਚਲੋ ਫਿਰ ਵੀ ਸੁਣਿਆ ਹੋ ਸਕਦਾ, ਗਾਨਾ ਵੀ ਸੁਣਿਆ ਹੋ ਸਕਦਾ, ਨਾਈਜੀਰੀਆ ਵੀ ਤੁਸੀਂ ਸੁਣਿਆ ਹੋਣਾ, ਵਿੱਚ ਕੰਟਰੀਆਂ ਹੋਰ ਆ ਬੁਰਕੀਨਾ ਫਾਸੋ ਵਗੈਰਾ, ਅਤੇ ਉੱਥੇ ਮਾਲੀ ਆ ਗਿਆ, ਬਹੁਤ ਸਾਰੀਆਂ ਇੱਦਾਂ ਦੀਆਂ ਕੰਟਰੀਜ਼ ਆ। ਮੈਂ ਐਕਸਪੈਕਟ ਨਹੀਂ ਕੀਤਾ ਸੀ ਕਿ ਇੱਥੇ ਬਹੁਤ ਘੱਟ ਲੋਕ ਰਹਿੰਦੇ, ਇੰਡੀਅਨਸ ਰਹਿੰਦੇ ਆ ਬਾਈ, ਇੱਕ ਮੋਟਾ ਬਿਜ਼ਨਸ ਕਰਦੇ, ਕਹਿਣ ਦਾ ਮਤਲਬ ਮੈਂ ਤੁਹਾਨੂੰ ਇੱਕ ਸੌਖੇ ਸ਼ਬਦਾਂ ਦੇ ਵਿੱਚ ਗੱਲ ਦੱਸਾਂ, ਉਹ ਬੰਦੇ ਰਹਿੰਦੇ ਆ ਜਿਹੜੀਆਂ ਕੰਟਰੀਜ਼ ਨੂੰ ਆਪਾਂ ਨੋਰਮਲ ਭਾਸ਼ਾ ਦੇ ਵੱਡੀਆਂ ਕੰਟਰੀਜ਼ ਕਹਿੰਦੇ ਹਾਂ, ਮੰਨ ਲਓ ਵੀ ਕੈਨੇਡਾ, USA ਵਗੈਰਾ ਵੱਡੀਆਂ ਕੰਟਰੀਆਂ। ਪਰ ਦਰਅਸਲ ਉਹ ਕੰਟਰੀਜ਼ ਇੱਦਾਂ ਕਿ ਜੇ ਤੁਸੀਂ ਨੋਰਮਲ ਕੰਮ ਕਰਨਾ ਤਾਂ ਵਧੀਆ, ਉਸ ਤੋਂ ਬਾਅਦ ਉੱਥੇ ਜਾ ਕੇ ਬਿਜ਼ਨਸ ਸੈਟਅਪ ਕਰੋਗੇ ਉਹ ਸਭ ਚੀਜ਼ ਦਾ। ਪਰ ਇੱਥੇ ਨਾ ਬਈ ਸੈਟਅਪ ਕਰੋ, ਇੱਥੇ ਬਹੁਤ ਜ਼ਿਆਦਾ ਪੈਸੇ ਆ, ਕਿਉਂਕਿ ਕੰਟਰੀਆਂ ਡਿਵੈਲਪਿੰਗ ਆ, ਅਤੇ ਅਸਲੀ ਵਾਕਈ ਬਹੁਤ ਮੋਟੇ ਬਿਜ਼ਨਸਮੈਨ ਆ ਨਾ ਇੰਡੀਆ ਦੇ, ਉਹ ਲਗਭਗ ਇਹਨਾਂ ਕੰਟਰੀਜ਼ ਦੇ ਵਿੱਚ ਰਹਿੰਦੇ। ਟੈਸ਼ਨ ਨਹੀਂ ਸੀ ਕਿ ਬਈ ਨਾਈਜੀਰੀਆ ਦੇ ਵਿੱਚ ਮੈਨੂੰ ਗੁਰਦੁਆਰਾ ਸਾਹਿਬ ਮਿਲਣਗੇ, ਉਹ ਵੀ ਦੋ, ਹਾਲਾਂਕਿ ਇੱਥੇ ਕੋਈ ਬਹੁਤੇ ਸਿੱਖ ਰਹਿੰਦੇ ਨਹੀਂ ਆ। ਪਰ ਹਾਂ, ਇਹ ਸ਼ੋਰ ਆ ਕਿ ਜਦੋਂ ਇਸ ਤੋਂ ਅੱਗੇ ਮੈਂ ਜਾਊਂਗਾ ਬੈਨਿਨ, ਟੋਗੋ, ਉੱਥੇ ਇੱਥੇ ਫਿਰ ਵੀ ਮਾੜੇ ਮੋਟੇ ਲੋਕ ਆ, ਬਹੁਤੇ ਤਾਂ ਨਹੀਂ ਪਰ ਥੋੜ੍ਹੇ ਬਹੁਤ ਲੋਕ ਆ ਜਿਹੜੇ ਕਿ ਸਿੱਖਾਂ ਬਾਰੇ ਹਲਕਾ ਫੁਲਕਾ ਇੱਦਾਂ ਪੰਜਾਬੀ ਜਾਣਦੇ ਵੀ ਹਾਂ ਵੀ ਇਹ ਬੰਦਾ ਇੰਡੀਆ ਤੋਂ ਆਇਆ, ਕਿਤੇ ਆਉਂਦੇ ਜਾਂਦੇ ਰਹਿੰਦੇ। ਬੈਨਿਨ ਟੋਗੋ ਦੇ ਵਿੱਚ ਘੱਟ, ਗਾਨਾ ਦੇ ਵਿੱਚ ਬਹੁਤ ਸਾਰੇ ਹੋਣਗੇ, ਉਸ ਤੋਂ ਅੱਗੇ ਫਿਰ ਜਿੰਨੀਆਂ ਵੀ ਕੰਟਰੀਆਂ ਉੱਥੇ ਬਿਲਕੁਲ ਘੱਟ ਹੁੰਦੇ ਜਾਣਗੇ ਬਾਈ। ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ, ਗੁਰਦੁਆਰਾ ਸਾਹਿਬ ਹੈਗੇ ਆ, ਉਹ ਵੀ ਦੋ ਗੁਰਦੁਆਰਾ ਸਾਹਿਬ ਇੱਥੇ ਹੈਗੇ ਨੇ। ਇਕੱਠੇ ਹੋਇਆ ਬਾਈ ਹਰੀ ਸਾਰੇ ਨਾ, ਉਹ ਉੱਥੇ ਬੰਦੂਕ ਬੰਦਾ ਅੱਗ ਲੈ ਕੇ, ਪੂਰੀ ਸਿਕਿਉਰਿਟੀ ਬਾਈ। ਪੰਜਾਬੀ ਆਉਂਦੀ ਨਾ ਤੁਹਾਨੂੰ? ਹਾਂ ਹਾਂ, ਥੋੜ੍ਹੀ ਥੋੜ੍ਹੀ ਆਉਂਦੀ ਹੈ। ਹਾਂ, ਵੈਸੇ ਬੋਲ ਲੈਂਦੇ ਬਾਈ। ਤੁਸੀਂ ਕਿੱਥੋਂ ਵੈਸੇ? ਮੈਂ ਦਿੱਲੀ ਤੋਂ ਆਇਆ ਸੀ, ਫਰੀਦਾਬਾਦ। ਫਰੀਦਾਬਾਦ ਤੋਂ? ਮੇਰਾ ਭੁਵੇਸ਼ ਹੈ। ਭੁਵੇਸ਼, ਠੀਕ ਹੈ ਵੀਰੇ। ਤੇ ਭੁਵੇਸ਼ ਦੋ ਜਣਿਆਂ ਦਾ ਨਾਂ ਯਾਰ? ਕਿੰਨੇ? ਦੋ। ਇੱਕ ਮੁੰਡਾ ਹੋਰ ਸੀਗਾ ਨਾ, ਉਹਦਾ ਨਾਂ ਵੀ ਕੀ ਆ? ਭੁਵੇਸ਼ ਨਹੀਂ ਸੀਗਾ? ਭੁਵੇਸ਼ ਹੈ ਉਹ, ਭਾਵੇਸ਼। ਅੱਛਾ, ਭਾਵੇਸ਼ ਨਾਲ, ਉਹ ਅਜਮੇਰ ਤੋਂ ਹੈ। ਮੈਂ ਫਿਰ ਤੁਹਾਡਾ ਨੰਬਰ ਉਹਦੇ ਨਾਮ ਤੋਂ ਸੇਵ ਕਰ ਲਿਆ, ਅਜਮੇਰ ਲਿਖ ਕੇ।
ਠੀਕ ਹੈ ਬਾਈ, ਮੈਨੂੰ ਇਹ ਦੱਸੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ? ਮੈਨੂੰ 3 ਸਾਲ ਹੋ ਗਏ ਨੇ ਕੰਪਨੀ 'ਚ ਕੰਮ ਕਰਦਾ ਇੱਥੇ। ਕਿਹੜੀ ਕੰਪਨੀ ਹੈ? ਸਾਡੀ ਟਰੈਵਲ ਦੀ ਕੰਪਨੀ। ਇੱਥੇ ਟਰੈਵਲਰ ਆਉਂਦੇ ਆ? ਟਰੈਵਲਰ ਆਉਂਦੇ ਨੇ, ਬਿਜ਼ਨਸ ਵਿਜ਼ਿਟ ਤੇ ਆਉਂਦੇ ਨੇ। ਅੱਛਾ, ਇੱਕ ਘੁੰਮਣ ਘੁੰਮਣ ਬਹੁਤ ਰੇਅਰ ਬਹੁਤ ਰੇਅਰ। ਮੈਂ ਤਾਂ ਤੁਹਾਨੂੰ ਵੇਖਿਆ ਸੀ ਕੱਲ੍ਹ, ਤਾਂ ਮੈਂ ਕਿਹਾ ਤੁਸੀਂ ਘੁੰਮਣ ਆਇਆ ਤਾਂ ਮੈਂ ਬਿਲਕੁਲ ਮੁਸ਼ਕਿਲ ਹੋ ਗਿਆ ਮੇਰੇ ਕੋਲ ਸਮਝਣਾ ਹੀ। ਇਹ ਗੁਰਦੁਆਰਾ ਸਾਹਿਬ ਕਿੰਨਾ ਟਾਈਮ ਹੋ ਗਿਆ ਇੱਥੇ? ਇਹ ਗੁਰਦੁਆਰਾ ਸਾਹਿਬ ਪਹਿਲੇ ਤੋਂ ਹੀ ਸੀ, ਤੁਸੀਂ ਵੇਖਿਆ ਨੀਚੇ ਵੀ ਥੱਲੇ ਸੀਗਾ ਮੰਦਿਰ ਤੇ ਗੁਰਦੁਆਰਾ, ਮੰਦਿਰ ਤੇ ਦਰਬਾਰ ਸਾਹਿਬ ਜੀ ਦੋਨੋਂ ਇਕੱਠੇ ਸੀ। ਹਾਂਜੀ, ਤੇ ਮੈਨੇਜਮੈਂਟ ਨੇ ਡਿਸਾਈਡ ਕੀਤਾ ਸਾਡਾ ਇਧਰ ਕਮਿਊਨਿਟੀ ਹੈ ਨਾ, ਗੁਰਦੁਆਰੇ ਦੀ ਕਮਿਊਨਿਟੀ ਹੈ, ਵਟਸਐਪ ਗਰੁੱਪ ਹੈ, ਸਾਡੇ ਐਸੋਸੀਏਸ਼ਨ ਹੈ ਪੂਰੇ, ਤੁਹਾਨੂੰ ਪਤਾ ਸ਼ਾਨੇ ਪੰਜਾਬ ਐਸੋਸੀਏਸ਼ਨ ਆਫ ਨਾਈਜੀਰੀਆ ਸੱਚੇ ਨੂੰ ਰੀਸੈਂਟਲੀ ਗੁਰਦਾਸ ਮਾਨ ਜੀ ਨੂੰ ਵੀ ਇਨਵਾਈਟ ਕੀਤਾ ਸੀ ਤੇ ਉਹ ਆਏ ਸੀ, ਪਰਫੋਰਮੈਂਸ ਵਗੈਰਾ ਸੀ, ਉਹ ਕਰਦੇ ਰਹਿੰਦੇ ਕਮਿਊਨਿਟੀ ਵਾਲੇ, ਤਾਂ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਮੰਦਿਰ ਦੇ ਨਾਲ ਵੀ ਹੈ, ਕਿਉਂ ਨਾ ਉੱਤੇ ਜਿਹੜੀ ਜਗ੍ਹਾ ਹੈ ਉਹ ਲੈ ਕੇ ਤੇ ਅਸੀਂ ਕੰਮ ਕਰਦੇ ਹਾਂ। ਜਿਹੜੀ ਇਹ ਜਗ੍ਹਾ ਹੈ ਨਾ, ਇਹ ਕੰਪਨੀ ਦੀ ਹੈ, FMCL ਕੰਪਨੀ ਹੈ, ਓਕੇ, ਉਹਨਾਂ ਦੀ ਉਹਨਾਂ ਦਾ ਸਪੇਸ ਹੈ, ਪੁਰਾਣੀ ਕੰਪਨੀ ਹੈ, ਲਾਈਕ ਮੋਰ ਦੈਨ 100 ਇਅਰਸ ਪੁਰਾਣੀ। ਉਹ ਕਿੱਥੋਂ ਦੀ ਕੰਪਨੀ? ਕਿੱਥੋਂ ਦੀ? ਉਹ ਵੀ ਇੰਡੀਅਨ ਕੰਪਨੀ ਹੈ, ਉਹਨਾਂ ਦੇ ਓਨਰ ਵਗੈਰਾ ਜਿਹੜੇ ਹੈ ਨਾ, ਜੋ MD ਵਗੈਰਾ, ਉਹ ਸਾਰੇ ਇੰਡੀਅਨ ਹੀ ਹੈ, ਤੇ ਉਹਨਾਂ ਦਾ ਹੀ ਸਪੇਸ ਸੀ ਪਹਿਲੇ, ਪਹਿਲੇ ਗੈਸਟ ਹਾਊਸ ਹੁੰਦਾ ਸੀ ਬਹੁਤ ਪਹਿਲੇ। ਅੱਛਾ, ਤੇ ਉਹਨਾਂ ਨੇ ਹੁਣ ਇਹ ਮੰਦਿਰ ਤੇ ਗੁਰਦੁਆਰਿਆਂ ਨੂੰ ਦੇ ਰੱਖਿਆ ਸੀ ਜਗ੍ਹਾ ਦੇ। ਹਾਂ, ਸਾਰੀ ਸੰਗਤ ਆਉਂਦੀ ਸੀ, ਮੰਦਿਰ ਤੇ ਵੀ ਬਹਿੰਦੇ ਸੀ ਤੇ ਅਸੀਂ ਗੁਰਦੁਆਰੇ ਤੇ ਵੀ ਬਹਿੰਦੇ ਸੀ, ਤੇ ਉਹਨਾਂ ਨੇ ਡਿਸਾਈਡ ਕੀਤਾ ਤੇ ਇਹਦੇ ਲਾਸਟ 10 ਦਿਨ ਪਹਿਲਾਂ ਹੀ ਓਪਨਿੰਗ ਹੋਈ ਹੈ। ਅੱਛਾ, ਉੱਪਰ ਜਿੰਨਾ ਵੀ ਸਮਾਨ ਹੈ, ਜਿੰਨਾ ਵੀ ਲੱਗੀ ਹੋਈ ਹੈ, ਚੀਜ਼ਾਂ ਲੱਗੀਆਂ ਹੋਈਆਂ, ਤੇ ਸਾਰੀ ਚੀਜ਼ਾਂ ਕਾਰਗੋ ਹੋਈਆਂ ਨੇ, ਇੰਡੀਆ ਤੋਂ ਸ਼ਿਪ ਹੋਈਆਂ। ਓਕੇ, ਆਈ ਸੀ ਅਸੀਂ ਪ੍ਰਭਾਤ ਫੇਰੀ ਹੋਈ ਸਾਰੀ, ਪੂਰੀ ਲਗੋਸ ਇਧਰ ਆਈਲੈਂਡ ਵਿੱਚ ਅਸੀਂ ਪੂਰੀ ਫੇਰੀ ਕੀਤੀ ਸਵੇਰੇ, ਤੇ ਉਹਦੇ ਬਾਅਦ ਅਸੀਂ ਪ੍ਰਤਿਸ਼ਠਾ ਕੀਤੀ ਸਾਰੇ ਸਮਾਨ ਦੀ। ਓਕੇ ਓਕੇ, ਸੋ ਬਾਈ ਜਿੱਦਾਂ ਬਾਈ ਨੇ ਦੱਸਿਆ ਪੂਰਾ, ਮਤਲਬ ਜਿਹੜਾ ਜਿੰਨਾ ਵੀ ਪਾਲਕੀ ਸਾਹਿਬ ਦੇਖ ਰਹੀ ਹੈ, ਜੋ ਵੀ ਤੁਹਾਨੂੰ ਇੱਥੇ ਦਿਖ ਰਿਹਾ ਹਨਾ, ਗੁਰਦੁਆਰਾ ਸਾਹਿਬ ਲਈ, ਗੁਰੂ ਮਹਾਰਾਜ ਤਾਂ ਚਲੋ ਆਉਣਾ ਹੀ ਆਉਣਾ ਸੀ, ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਹਿਲਾਂ ਤੋਂ ਸੀਗੇ ਇੱਥੇ ਜਾਂ ਹੋਰ ਨਵੇਂ ਸਰੂਪ ਵੀ ਲੈ ਕੇ ਆਏ ਆ? ਨਵੇਂ ਵੀ ਲੈ ਕੇ ਆਏ ਆ, ਉਹ ਬਾਈ ਏਅਰ ਨੀਚੇ ਵੀ। ਹਾਂ, ਬਾਈ ਏਅਰ ਆਏ ਨੇ। ਅੱਛਾ, ਉਹ ਬਾਈ ਏਅਰ, ਬਾਕੀ ਜਿਹੜਾ ਸਮਾਨ ਜਿਹੜਾ ਹੈਵੀ ਸੀ ਜਿਹੜਾ ਹੋ ਸਕਦਾ ਸੀ, ਹਾਂ ਉਹ ਸ਼ਿਪ ਹੋਇਆ, ਬਾਈ ਸ਼ਿਪ। ਸੋ ਬਾਈ ਇਹ ਜਿੰਨਾ ਵੀ ਸਮਾਨ ਆ ਇੰਡੀਆ ਤੋਂ ਹੀ ਮਤਲਬ ਆਇਆ, ਔਰ ਇੱਥੇ ਹਜ਼ੂਰੀ ਰਾਗੀ ਸਾਹਿਬ ਵੀ ਤੁਸੀਂ ਦੱਸਿਆ ਆਏ ਹੋਏ ਸੀ, ਹਾਲੇ ਹੈਗੇ ਜੱਥਾ ਆਏ ਹੋਏ ਆ, ਠੀਕ ਹੈ, ਅਖੰਡ ਪਾਠ ਚੱਲ ਰਿਹਾ ਹੈ, ਸੁਖਮਨੀ ਸਾਹਿਬ ਦਾ ਪਾਠ ਵੀ ਚੱਲ ਰਿਹਾ, ਤੇ ਉਹਦਾ ਭੋਗ ਅੱਜ ਸਵੇਰੇ 1:30 ਵਜੇ ਲੁਕੀ ਜੀ ਗੁਰਦੁਆਰੇ ਵਿੱਚ ਹੋਇਆ ਸੀ। ਅੱਛਾ, ਤੇ ਸ਼ਾਮੀ ਦਾ ਪ੍ਰੋਗਰਾਮ ਅੱਜ 6:30-7 ਵਜੇ ਤੋਂ ਅਜੇ ਚਾਲੂ ਹੋਏਗਾ, ਇੱਥੇ ਚਾਲੂ ਹੋਏਗਾ। ਠੀਕ ਹੈ ਜੀ, ਠੀਕ ਹੈ। ਭੂਪੇਸ਼ ਬਾਈ ਫੋਟੋਜ਼ ਦਿਖਾ ਰਹੇ, ਕਿੰਨੇ ਦਿਨ ਪਹਿਲਾਂ ਦੀਆਂ ਫੋਟੋਜ਼? ਅੱਛਾ, ਕੱਲ ਦੀਆਂ। ਠੀਕ ਹੈ, ਦੇਖੋ ਕਿੰਨੀ ਸੰਗਤ, ਦੇਖੋ ਕਿੰਨੀ ਸੰਗਤ, ਇਹ ਤਾਂ ਲਗਭਗ 70-80 ਲੋਕ ਲੱਗ ਰਹੇ, ਬੰਦਾ ਜ਼ਿਆਦਾ ਹੈ। ਓਕੇ, ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਆ ਬਈ, ਇੱਧਰ ਵਾਸ਼ਰੂਮ ਬਣੇ ਹੋਏ ਸੀਗੇ, ਵਾਸ਼ਰੂਮ ਜਾ ਕੇ ਆਇਆ ਮੈਂ, ਇੱਧਰ ਸ਼ਾਇਦ ਲੰਗਰ ਦਾ ਪ੍ਰਬੰਧ ਹੁੰਦਾ, ਇਹ ਸ਼ਾਇਦ ਕਿਚਨ ਹੈ। ਹੈਲੋ, ਚਲੋ ਇਹ ਬਾਈ ਇੱਥੇ ਕਰ ਰਿਹਾ ਸੀ ਇਹਦਾ, ਅਤੇ ਇਹ ਦੇਖੋ ਸਾਰਾ ਲੰਗਰ ਲਈ ਪ੍ਰਬੰਧ ਇੱਥੇ ਪੂਰਾ ਆ ਬਈ, ਇਹ ਗੈਸ ਪਿਆ ਹੋਇਆ, ਇੱਥੇ ਗੈਸ ਸਿਲੰਡਰ ਇੱਦਾਂ ਦੇ ਹੀ ਆਉਂਦੇ ਆ, ਇਹ ਗੈਸ ਪਿਆ ਹੋਇਆ, ਇਹ ਸਾਰੀਆਂ ਲੰਗਰ ਦੇ ਬਰਤਨ ਵਗੈਰਾ ਸਾਰਾ ਕੁਛ। ਵਟਸ ਯੋਰ ਨੇਮ? ਸਤਨਾਮ ਸਿੰਘ। ਸਤਨਾਮ ਸਿੰਘ, ਓਕੇ, ਪੰਜਾਬੀ? ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਹਾਊ ਲੌਂਗ ਯੂ ਸਟੇ ਹੇਅਰ? 8 ਈਅਰਸ, ਓਕੇ, ਗ੍ਰੇਟ। ਵੇਅਰ ਆਰ ਯੂ ਫਰੋਮ? From Colaba. Colaba. Yes. Far from here? From Lagos? Yes, far from Lagos. Cross River. North side? Yes. They are just opening this year. Yes, this year? Yes. But when will today's program? Today, tonight? Today is first Sunday, so they start early in the morning. Okay. So they close because today is first Sunday. Okay. So other Sunday they start by 10 o'clock. Okay. And close 2 o'clock.
Okay. You been to India? No. Still not? No. Okay. Come to India also, okay? I like you to bring me there. Yeah. Sure. Satnam Singh. Okay. Nice to meet you. You're welcome. Yeah. Vaheguru Ji Khalsa, Vaheguru Ji Ki Fateh. So, bhai, Satnam Singh bhai nu milke vadhiya lagya. Itthe seva kar rahe bhai 8 saalan to, hai na? Vadhiya lagya bhai nu milke. ਬਾਈ ਕਹਿੰਦਾ ਮੈਂ ਇੰਡੀਆ ਜ਼ਰੂਰ ਆਉਣਾ ਚਾਹੁੰਦਾ, ਜੇਕਰ ਤੁਸੀਂ ਮੈਨੂੰ ਇੰਡੀਆ ਲੈ ਕੇ ਜਾਓ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਬਾਈ। ਚੱਲਦੇ ਹੁਣ ਮੰਦਿਰ ਦੇ ਵੀ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ। ਉਹ ਬਾਈ ਦੇਖੋ ਉੱਥੇ ਸਿਕਿਉਰਿਟੀ ਵਾਲਾ ਬੈਠਾ ਹੋਇਆ ਸਾਹਮਣੇ, ਬੰਦੂਕ ਬੰਦਾਕ ਲੈ ਕੇ ਬਾਈ ਬੈਠਾ ਰਹਿੰਦਾ। ਇਹ ਆ ਗਿਆ ਵੀ ਇੱਥੇ ਥੱਲੇ ਮੰਦਿਰ ਪਲੱਸ ਗੁਰਦੁਆਰਾ ਦੋਨੇ ਇਕੱਠੇ ਬਣੇ ਹੋਇਆ। ਉਹ ਹੈ ਇਹ ਮੈਂ ਤੁਹਾਨੂੰ ਦਰਸ਼ਨ ਕਰਾਉਣਾ। ਕਿਆ ਹਾਲ ਹੈ ਜੀ? ਬਸ ਵਧੀਆ ਜੀ। ਸੋ ਇਹ ਬਾਈ ਇੱਥੇ ਮੰਦਿਰ ਬਣਿਆ ਹੋਇਆ, ਇੱਧਰ ਗੁਰਦੁਆਰਾ ਸਾਹਿਬ ਮਤਲਬ ਪਾਲਕੀ ਸਾਹਿਬ, ਅਤੇ ਸਾਰਾ ਇੱਥੇ ਇਕੱਠਾ ਬਣਿਆ ਹੋਇਆ। ਇੱਥੇ ਹੁਣੇ ਆਰਤੀ ਹੋ ਰਹੀ ਸੀ, ਆਰਤੀ ਤਾਂ ਹੁਣੇ ਖਤਮ ਹੋ ਗਈ ਆ ਬਈ। ਇਹ ਮੈਂ ਤੁਹਾਨੂੰ ਦਿਖਾ ਦਿੰਦਾ, ਮੈਂ ਸਾਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਸ਼ਾਇਦ ਇੱਥੇ ਫਿਲਹਾਲ ਨਹੀਂ ਕਿਉਂਕਿ ਹੁਣ ਉੱਤੇ ਚਲਾ ਗਿਆ, ਪਰ ਪਾਲਕੀ ਸਾਹਿਬ ਹਲੇ ਵੀ ਬਾਈ ਇੱਥੇ ਮੌਜੂਦ ਹੈਗੀ ਆ। ਇਹ ਗੁਰੂ ਨਾਨਕ ਦੇਵ ਜੀ ਦਾ ਸਰੂਪ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਲੱਗਿਆ ਹੋਇਆ, ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਈ ਮੂਰਤੀਆਂ ਵਗੈਰਾ ਲੱਗੀਆਂ ਹੋਈਆਂ, ਅਤੇ ਉਹ ਸ਼ਾਇਦ ਸਾਈਂ ਬਾਬਾ ਦੀ ਫੋਟੋ ਆ ਮੇਰੇ ਹਿਸਾਬ ਨਾਲ, ਜਿਹੜੇ ਕਰੰਟ ਇਸ ਟਾਈਮ ਜਾਂ ਪਹਿਲਾਂ ਵਾਲੇ ਮੈਨੂੰ ਬਈ ਪਤਾ ਨਹੀਂ ਆ। ਇੱਧਰ ਸ਼ਿਵਜੀ ਭਗਵਾਨ ਦੀ, ਪਾਰਵਤੀ ਮਾਤਾ ਦੀ ਅਤੇ ਗਣੇਸ਼ ਜੀ ਦੀ ਜਿਹੜੀ ਮੂਰਤੀ ਇੱਥੇ ਲੱਗੀ ਹੋਈ ਆ। ਇਹ ਹਾਲ ਥੋੜ੍ਹਾ ਛੋਟਾ ਸੀਗਾ ਤਾਂ ਕਰਕੇ ਮੇਰੇ ਸਾਹਮਣੇ ਫਿਰ ਸਹੀ ਹੈ ਵੀ ਸੰਗਤ ਮੈਨੂੰ ਲੱਗਦਾ ਜ਼ਿਆਦਾ ਹੋ ਜਾਂਦੀ ਹੋਣੀ ਆ, ਤਾਂ ਕਰਕੇ ਇੱਥੇ ਜਿਹੜਾ ਥੱਲੇ ਹੁਣ ਮੰਦਰ ਆ ਅਤੇ ਗੁਰਦੁਆਰਾ ਸਾਹਿਬ ਉੱਤੇ ਸ਼ਿਫਟ ਕਰ ਦਿੱਤਾ ਗਿਆ। ਇੱਥੇ ਲੋਕਲ ਲੋਕ ਵੀ ਬਈ ਆਉਂਦੇ ਆ ਮੱਥਾ ਟੇਕਣ, ਜਿਵੇਂ ਹੁਣ ਆਹ ਦੇਖੋ ਇਹ ਲੋਕਲ ਇੱਥੇ ਆਏ ਹੋਏ ਆ, ਹੋਰ ਵੀ ਲੋਕ ਵਗੈਰਾ ਆਉਂਦੇ ਰਹਿੰਦੇ ਆ। ਦੇਖੋ ਇਹ ਵੀ ਸਾਰੇ ਲੋਕਲ ਇੱਥੇ ਆਏ ਹੋਏ ਆ। ਸੇ ਬਾਈ ਵੀ ਆਇਆ ਹੋਇਆ। ਯੂ ਵਾਂਟ ਟੂ ਗੋ ਅਗੇ? ਓਕੇ, ਸਭੀ ਆਏ ਹੋਏ ਇੱਥੇ ਵੀ ਮੱਥਾ ਟੇਕਣ। ਯਾਨੀ ਲੈ ਕੇ ਆ ਗਏ ਸਾਨੂੰ ਇੱਥੇ ਇੰਡੋਮੀ ਕੈਫੇ। ਇੱਥੇ ਮਿਲਦਾ ਇੰਡੀਅਨ ਸਟਰੀਟ ਫੂਡ ਟਾਈਪ ਦਾ ਮਾਹੌਲ, ਸਟਰੀਟ ਫੂਡ ਟਾਈਪ ਦਾ ਮਤਲਬ ਮੋਮੋਜ਼ ਸਪਰਿੰਗ ਰੋਲ ਵਗੈਰਾ ਜੋ ਵੀ ਉਹ ਸਭ ਮਿਲਦਾ, ਅਤੇ ਬਾਈ ਯਾਨੀ ਸਾਨੂੰ ਇੱਥੇ ਲੈ ਕੇ ਆ ਗਏ ਵੀ। ਯਾਰ ਇਹ ਕੰਪਨੀ ਪਤਾ ਨਹੀਂ ਕਿਹੜੀ ਆ, ਇਹ ਗਾੜੀ ਕੰਪਨੀ ਕੌਣ ਸੀ ਇਹ? ਅਕੂਰਾ ਹੋਂਡਾ? ਹੋਂਡਾ ਦਾ ਕਿਤੇ ਲਿਖਿਆ? ਅੱਛਾ ਇਹ ਹੋਂਡਾ ਦਾ ਇਹ ਸਾਈਨ ਹੋ ਗਿਆ। ਅੱਛਾ ਪਰ ਮੈਂ ਇੰਡੀਆ ਸ਼ਾਇਦ ਨਹੀਂ ਹੋਇਆ ਹੋਣਾ, ਪਤਾ ਨਹੀਂ ਮੈਂ ਧਿਆਨ ਨਹੀਂ ਹੈ ਨਾ। ਨਹੀਂ ਆਹ ਹੋਂਡਾ ਦਾ ਸਾਈਨ ਵੀ ਇੰਡੀਆ 'ਚ ਨਹੀਂ ਹੈ। ਇੰਡੀਆ 'ਚ ਵੀ ਹੋ ਗਿਆ? ਪਤਾ ਨਹੀਂ, ਇਹ ਐਚ ਘੱਟ ਇਹ ਜ਼ਿਆਦਾ ਲੱਗ ਰਿਹਾ ਨਾ। ਚਲੋ ਬਾਈ ਜਲਦੀ, ਇਹਦਾ ਪੈਟਰੋਲ ਦਾ ਰੇਟ ਕਿੰਨਾ? ਨਾਇਰਾ ਇੰਡੀਆ ਦੇ ਪਤਾ 12-13 ਰੁਪਏ ਹੋ ਗਏ, 15 ਰੁਪਏ, 17, ਚਲੋ 20 ਲਾ ਲਓ ਮੋਟੇ ਮੋਟੇ, 25 ਲਾ ਲਓ। ਹਾਂ, ਇਸ ਵੀਡੀਓ ਨੂੰ ਮੈਨੂੰ ਲੱਗਦਾ ਹੁਣ ਇੱਥੇ ਖਤਮ ਕਰਨਾ ਚਾਹੀਦਾ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ, ਗੁਰਦੁਆਰਾ ਸਾਹਿਬ ਦੇ ਵੀ ਤੁਸੀਂ ਦਰਸ਼ਨ ਕੀਤੇ, ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ। ਜੇਕਰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਤਾਂ ਥੱਲੇ ਮੇਰੇ ਇੰਸਟਾਗ੍ਰਾਮ ਦਾ ਲਿੰਕ ਲਿਖਿਆ ਆ ਰਿਹਾ ਹੋਊਗਾ, ਲਿੰਕ ਵੀ ਥੱਲੇ ਆ ਡਿਸਕ੍ਰਿਪਸ਼ਨ ਵਿੱਚ ਲਿਖਿਆ ਵੀ ਆ ਰਿਹਾ ਹੋਊਗਾ, ਆਫੀਸ਼ੀਅਲ ਨਵਦੀਪ ਬ੍ਰਾਂਡ, ਉੱਥੇ ਫੋਲੋ ਕਰ ਸਕਦੇ ਹੋ। ਚੰਗਾ ਜੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।